ਐਸਾ ਰੰਗ ਹੈ ਰੱਬੇ ਕਰੀਮ ਰੰਗ ਦਾ ਕਿ ਕੋਈ ਵੀ ਉਹਦੇ ਰੰਗ ਦਾ ਨਹੀਂ। ਐਸਾ ਰੰਗ ਹੈ ਰੱਬੇ ਕਰੀਮ ਰੰਗ ਦਾ ਕਿ ਕੋਈ ਵੀ ਉਹਦੇ ਰੰਗ ਦਾ ਨਹੀਂ। ਕਿਤੇ ਪੜੋਲੇ ਭਰੇ ਦਾਣਿਆਂ ਦੇ, ਕਿਤੇ ਡਰੰਮੀ 'ਚ ਆਟਾ ਡੰਗਦਾ ਨਹੀਂ, ਅਤੇ ਜਿੰਨਾ ਮਰਜ਼ੀ ਸ਼ਾਹ ਜ਼ੋਰ ਹੋਵੇ ਉਹਦੀ ਕੁਦਰਤ ਦੇ ਅੱਗੇ ਖੰਘਦਾ ਨਹੀਂ। ਅਤੇ ਕਿੱਡਾ ਸੋਹਣਾ ਕਰੀਮ ਹੈ ਰੱਬ ਹੈ ਸਾਡਾ, ਉਹ ਜਿਹੜਾ ਦੇਈ ਜਾਂਦਾ ਦੇ ਕੇ ਮੰਗਦਾ ਹੀ ਨਹੀਂ। ਮਿਹਰਬਾਨੀ ਮੇਰੇ ਦੋਸਤੋ, ਤੁਹਾਡਾ ਦੇਸ ਘਰ ਦਾ ਨੌਕਰ ਹਾਜ਼ਰੇ ਖਿਦਮਤ 'ਤੇ, ਤੁਹਾਡੇ ਆਉਂਦੀਆਂ ਬੜੀਆਂ ਖੁਸ਼ੀਆਂ। ਲੇਕਿਨ ਇਸ ਮਾਮੇ ਦੇ ਬੜੇ ਗੁੱਸੇ ਨੇ ਜਿਹੜਾ ਇਸ ਘਰ ਦਾ ਮਾਲਕ ਹੈ। ਹਰ ਬੰਦੇ ਨੂੰ ਕਹੀ ਜਾਂਦਾ ਕਿ ਤੈਨੂੰ ਵੀਜ਼ਾ ਲਵਾ ਕੇ ਬਾਹਰ ਦੇ ਮੁਲਕ ਭੇਜ ਦੇਣਾ, ਲੇਕਿਨ ਸਮਝ ਇਹ ਨਹੀਂ ਆਉਂਦੀ ਕਿ ਮਾਮਾ ਜੀ ਬਾਹਰ ਦੇ ਮੁਲਕ ਭੇਜਣਗੇ ਕਿੱਦਾਂ। ਬਾਹਰ ਦੇ ਮੁਲਕ ਬੰਦਾ ਕਮਾਈਆਂ ਕਰਨ ਜਾਂਦਾ ਵਾ, ਪੈਸੇ ਲਾ ਕੇ ਫੇਰ ਜਾਂਦਾ, ਲੇਕਿਨ ਮਾਮੇ ਨੇ ਖਾਣ ਦਾ ਢੰਗ ਬਣਾਇਆ। ਲੋਕਾਂ ਨੂੰ ਕਹੀ ਜਾਂਦਾ ਤੁਹਾਨੂੰ ਬਾਹਰ ਦੇ ਮੁਲਕ ਭੇਜਾਂਗਾ, ਮੈਨੂੰ ਪੈਸੇ ਦਵੋ। ਕਿਸੇ ਕੋਲੋਂ ਪੈਸੇ ਖਾਈ ਜਾਂਦਾ, ਕਿਸੇ ਕੋਲੋਂ ਕੱਪੜੇ ਲਈ ਜਾਂਦਾ, ਕਿਸੇ ਕੋਲੋਂ ਗੋਸ਼ਤ ਖਾਈ ਜਾਂਦਾ। 3 ਮਹੀਨੇ ਹੋ ਗਏ ਇੱਕ ਬੰਦਾ ਮੈਨੂੰ ਫੋਨ ਕਰ ਲਿਆ ਕਿ ਮੈਂ ਮਾਮੇ ਕੋਲੋਂ ਵੀਜ਼ਾ ਲੈਣ ਆ ਰਿਹਾ ਅਤੇ ਉਹਨੂੰ ਗੋਸ਼ਤ ਵੀ ਦੇਣ ਆ ਰਿਹਾ। ਕਿੱਥੇ ਮਰ ਗਿਆ ਬਈ? ਅਰੇ ਵਾਲੇਕੁਮ ਸਲਾਮ ਜਨਾਬ, ਕਿੱਧਰ? ਆਪਕੀ ਤਰਫ ਆਇਆ ਤਾ, 11 ਕਿਲੋ ਗੋਸ਼ਤ ਲੈ ਕੇ ਆਇਆ ਤਾ। ਉਰਦੂ ਨਾ ਪੰਜਾਬੀ ਬੋਲ, ਕਿੰਨਾ ਗੋਸ਼ਤ ਆ? 11 ਕਿਲੋ ਗੋਸ਼ਤ ਲੈ ਕੇ ਆਇਆ, ਛੋਟਾ। ਉਹ ਬੱਲੇ ਬੱਲੇ, ਅੱਲਾ ਤੇਰੀ ਜ਼ਿੰਦਗੀ ਕਰੇ, ਕਿੰਨੇ ਮੰਗਾਇਆ? ਮਾਮੇ ਨੇ ਮੰਗਾਇਆ, ਮਾਮੇ ਨੇ। ਮਾਮਾ ਕਹਿੰਦਾ ਸੀ ਨਾਲੇ ਵੀਜ਼ੇ ਲੈ ਜਿਓ ਤੇ ਨਾਲੇ ਗੋਸ਼ਤ ਫੜੀ ਲਈ ਛੋਟਾ। ਅੱਛਾ, ਇਹਦਾ ਮਤਲਬ ਕੀ ਹੈ, ਕਿੰਨਾ ਗੋਸ਼ਤ ਵਾ? ਇਹ 11 ਕਿਲੋ ਆ। ਓਏ, ਇੰਨਾ ਕਿ 11 ਕਿਲੋ ਇਸਤਰੀ ਕਰਕੇ ਪਾਇਆ ਸ਼ਾਪਰ 'ਚ? ਬੱਕਰੇ ਦਾ ਗੋਸ਼ਤ ਪਾਈ ਅੱਜ ਕੱਲ੍ਹ ਬੱਕਰੇ ਦੇ ਗੋਸ਼ਤ ਦੀ ਬੜੀ ਟੈਨਸ਼ਨ। ਇਹ ਬੱਕਰੇ ਦਾ ਗੋਸ਼ਤ ਜਿਹੜਾ ਆ ਨਾ, ਇਹ ਤਾਂ ਪੱਕਦਾ ਹੀ ਨਹੀਂ ਗਰੀਬ ਦੇ ਘਰ। ਮੈਂ ਕਹਿੰਦਾ ਗਰੀਬ ਆਦਮੀ ਇੱਕ ਵਾਰੀ ਬੱਕਰੇ ਦਾ ਗੋਸ਼ਤ ਪਕਾ ਲਵੇ, ਪੂਰਾ ਮਹੀਨਾ ਨਿਆਣਿਆਂ ਨੂੰ ਪੈਸੇ ਨਹੀਂ ਦਿੰਦਾ। ਜਿਹੜਾ ਨਿਆਣਾ ਕਹਿੰਦਾ ਮੈਨੂੰ 10 ਰੁਪਏ ਦੇ ਦੇ, ਆਪਾਂ ਕਹਿੰਦਾ ਚੁੱਪ ਕਰ, ਖੋਤੀ ਦੇ ਬੱਚੇ ਆ, ਪਰਸੋਂ ਹੋ ਜੇ ਗੋਸ਼ਤ ਪਕਾਇਆ ਸੀ। ਇੱਕ ਮਹੀਨਾ ਪੂਰੀ ਟੈਨਸ਼ਨ ਦਿੰਦਾ ਰਹਿੰਦਾ, ਹੋਰ ਕੋਈ ਟੈਨਸ਼ਨ ਤੈਨੂੰ? ਉਸਤਾਦ ਜੀ, ਹੋਰ ਕੋਈ ਟੈਨਸ਼ਨ ਨਹੀਂ, ਮਾਸ਼ਾਅੱਲਾ ਉਸਤਾਦ ਹੋਣਾ ਦਾ ਮੂੰਹ ਗੌਰ ਨਾਲ ਦੇਖੋ। ਇਹਨਾਂ ਦੇ ਘਰ ਸਰਦੀਆਂ 'ਚ ਚੋਰ ਆ ਗਏ ਅਤੇ ਦਰਜਾਈ 'ਚੋਂ ਮੂੰਹ ਬਾਹਰ ਕੱਢ ਕੇ ਕਹਿਣ ਦਿਆ, ਸਾਨੂੰ ਦਿਨੇ ਨਹੀਂ ਕੁਛ ਲੱਭਿਆ, ਤੁਸੀਂ ਰਾਤ ਨੂੰ ਲੱਭਣ ਆ ਗਏ ਆ ਚੋਰਾਂ ਦਾ। ਚੋਰ ਨੇ ਕਹਿਣਾ, ਹੋਰ ਤੁਸੀਂ ਕਹਿਣਾ ਸੀ? ਇਹਦੀ ਭੈਣ ਦੇ ਘਰ ਚੋਰ ਪੈ ਗਏ ਤੇ ਰੋਈ ਜਾਵੇ, ਕਹਿੰਦੀ ਸਾਰਾ ਸੋਨਾ ਲੁੱਟ ਕੇ ਲੈ ਗਏ ਭਰਾਵਾ। ਇਹ ਕਹਿੰਦਾ ਭੈਣ ਚੱਲ ਇੱਜ਼ਤ ਤੇ ਬਚ ਗਈ ਆ, ਉਹ ਕਹਿੰਦੀ ਇੱਜ਼ਤ ਵੇਚ ਵੇਚ ਤੇ ਸੋਨਾ ਬਣਾਇਆ ਸੀ। ਐ ਭੈਣ ਕਹਿੰਦਾ ਅੰਮੀ 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 ਮੈਂ ਲੱਸ ਹੋ ਗਈ, ਅੰਮੀ ਅੰਮੀ ਮੈਂ ਲੱਸ ਹੋ ਗਈ। ਅੰਮੀ ਕਹਿੰਦੀ ਨਾਲ ਦੇ ਕਮਰੇ 'ਚ ਪਾ ਦੇ। ਦੇਖੋ ਤੀ ਮੈਂ ਆਉਂਦੇ ਆ ਬੱਚਿਆ, ਚੱਲ ਚੱਲ ਤੇਰਾ ਵੀਜ਼ਾ ਲੈ ਕੇ ਦੇਵਾਂਗੇ ਤੈਨੂੰ, ਚੱਲ। ਸਾਲਾ ਨਾ ਹੋਵੇ ਤਾਂ 11 ਕਿਲੋ ਮਹੀਨੇ ਦਾ ਗੋਸ਼ਤ ਲਿਆਉਣਾ ਤੇ ਗੱਲਾਂ ਕਿੰਨੀਆਂ ਕਰਨ ਦਿਆ ਅੱਲਾ ਖੈਰ ਕਰੇ ਅਸਲਾਮ ਅਲੈਕੁਮ ਅਰੇ ਬਿਸਮਿਲਲਾ ਵਾਲੇ ਸਲਾਮ ਕੌਣ ਜਨਾਬ ਮੈਂ ਫਿਲਮ ਐਕਟਰ ਆ ਤੇ ਮੈਂ ਮਜਬੂਰ ਹੋ ਕੇ ਨਾ ਤੁਹਾਡੇ ਕੋਲੋਂ ਨੌਕਰੀ ਦਾ ਪਤਾ ਕਰਨ ਆਇਆ ਵਾਂ
ਜੀ ਮੈਂ ਐਕਟਿੰਗ ਵੀ ਕਰ ਸਕਦਾ ਵਾਂ ਤੇ ਕੰਮ ਵੀ ਕਰ ਸਕਦਾ ਵਾਂ। ਇਹ ਕੰਮ ਕਿਹੜਾ ਕਿਹੜਾ ਜਨਾਬ ਕਰ ਸਕਦੇ ਹੋ? ਇਹ ਕੰਮ ਜਿਹੜਾ ਦੱਸੋਗੇ ਉਹੀ ਕਰਾਂਗਾ। ਅੱਛਾ ਅੱਛਾ ਜੀ, ਇਹ ਤੁਹਾਨੂੰ ਖਾਣ ਪਕਾਉਣ ਦਾ ਪਤਾ ਵਾ? ਬੜਾ। ਕੁੱਕ ਦੀ ਨੌਕਰੀ ਮਿਲ ਸਕਦੀ ਤੁਹਾਨੂੰ? ਖੋਤੀ ਦੇ ਬੱਚਿਆ ਮੈਨੂੰ ਛੁੱਟੀ ਕਰਾਉਣਾ ਆ ਇੱਥੋਂ।
ਉਹ ਭਾਜੀ ਉਹ ਮੈਂ ਇੱਥੇ ਪਤਾ ਨਹੀਂ ਕਿੱਦਾਂ 3000 ਰੁਪਏ ਤੇ ਨੌਕਰੀ ਕਰ ਰਹੇ ਆ, ਤੈਨੂੰ ਅਸੀਂ ਕੁੱਕ ਕਿੱਦਾਂ ਰੱਖ ਲਾਂਗੇ ਓਏ। ਮੈਂ ਮਜਬੂਰ ਆ, ਛੋਟੇ ਛੋਟੇ ਬੱਚੇ ਨੇ ਮੇਰੇ। ਅੱਛਾ ਹਾਂਜੀ, ਚਲੋ ਤੁਸੀਂ ਟੈਨਸ਼ਨ ਨਾ ਲਵੋ, ਮੈਂ ਮਾਮਾ ਜੀ ਨਾਲ ਗੱਲ ਕਰਾਂਗਾ। ਜੀ ਜੀ, ਕਿੰਨੀ ਕੁ ਤਨਖਾਹ ਲਵੋਗੇ? ਬਸ ਜੈਵ ਮੁਨਾਸਬ ਦੇ ਦੇਣਾ ਜਿਹਦੇ ਨਾਲ ਮੇਰੇ ਬੱਚਿਆਂ ਦਾ ਪੇਟ ਪਾਲ ਜਾਏ। ਚਲੋ 5000 ਰੁਪਇਆ ਹਫ਼ਤਾ ਤੁਹਾਨੂੰ ਲੱਭੀ ਜਾਊ, 20000 ਰੁਪਇਆ ਮਹੀਨਾ ਤੁਹਾਡੀ ਪੱਕੀ, ਪਰਸੋਂ ਨੂੰ ਆ ਜਾਣਾ ਤੁਸੀਂ। ਡਨ ਹੋ ਗਿਆ। ਡਨ, ਓਕੇ ਓਕੇ ਠਹਿਰਾਂ। ਓਏ ਮੈਂ ਸਦਕੇ ਜਾਵਾਂ, ਕਿੱਡਾ ਸੋਹਣਾ ਮਾਂ ਇਹ ਹੈ। ਬੇੜਾ ਗਰਕ ਹੋ ਗਿਆ, ਮਾਮਾ ਵੀ ਉੱਠ ਪਿਆ। ਜੀ ਬਬਲੂ ਏ ਕਿੱਥੇ ਮਰ ਗਿਆ? ਬਬਲੂ ਏ ਕੀ ਹਾਲ ਆਵੇ ਤੁਹਾਡਾ? ਬਈ ਹਾਰ ਆਉਣ ਵਾਲੇ ਨੂੰ ਪਿਆਰ ਦਾ ਖਿਆਲ ਪਤਾ ਲੱਗੇ। ਸਾਈ ਵਾਲ ਆਇਆ, ਮੈਂ ਇਹਦੀ ਭੈਣ ਕੱਢਣੀ ਇੱਕ ਮਿੰਟ ਤੋਂ ਪਹਿਲਾਂ। ਹੁਣ ਅਸਲਾਮ ਵਾਲੇਕੁਮ। ਬੰਦੇ ਕਿੱਧਰ ਗਏ? ਤੁਹਾਡੇ ਹਾਲ ਸਿੱਧੀ ਸਿੱਧੀ ਭੈਣ ਦੇਣੀ ਹੈ ਮੈਨੂੰ, ਜਿਹੜੇ ਮਤਲਬ ਡਰਾਮੇ 'ਚ ਲਿਖੀ ਹੈ। ਨਹੀਂ ਮੈਂ ਭਾਈ ਟੇਢੀ ਦੇਣੀ ਕਹਿੰਦੇ ਆ, ਜਿਹਨੇ ਸਿੱਧੀ ਦਿੱਤੀ ਉਹਨੂੰ ਐਨਕਾਂ ਲੱਗ ਜਾਂਦੀਆਂ। ਚਾਹੁੰਦਾ ਕੀ ਹੋਏ? ਹੈ ਕੀ ਚਾਹੁੰਦਾ ਤੂੰ? ਤੇ ਤਾਂ ਛੋਟੀ ਤੇਰੇ ਤੋਂ ਤੈਨੂੰ ਪਤਾ ਕੀ ਚਾਹੁੰਦਾ? ਤਨਖਾਹ ਬਸ ਬੰਦ ਕਰ ਕੁੱਤੇ, ਹੱਕ ਸਤਾ ਲਿਆ ਕੰਮੀ ਕਮੀਨਾ। ਬਸ ਕਰ, ਤੈਨੂੰ ਤਮੀਜ਼ ਨਹੀਂ ਹੈਗੀ ਵੱਡੇ ਛੋਟੇ ਨਾਲ ਗੱਲ ਕਿਵੇਂ ਕਰੀਦੀ ਹੈ? ਕਿਹੜੇ ਵੱਡੇ ਤੋਂ ਪਤਾ? ਇਹ ਸਾਰੀ ਜਾਇਦਾਦ ਦਾ ਮਾਲਕ ਮੈਂ ਇਕੱਲਾ। ਉਹ ਬਸ ਕਰ, 1:30 ਵਜੇ ਤੋਂ ਪਹਿਲਾਂ ਤਾਲਾ ਲਾਉਣ ਤੋਂ ਸਭ ਤੋਂ ਪਹਿਲਾਂ ਤੈਨੂੰ ਕੱਢਦੇ ਅਗਰ। ਸਣਾ ਵਾਲੀ ਕਿਹੜੀ ਗੱਲ ਆ ਯਾਰ? ਤੇ ਹੋਰ ਨਾ ਸਣਾ ਵਾਲੀ ਗੱਲ ਆ, ਜਾਇਦਾਦ ਦਾ ਮਾਲਕ। ਉਹ ਸ਼ੁਕਰ ਕਰ ਤੈਨੂੰ ਮੈਂ ਮਾਲਕ ਰੱਖਿਆ, ਨਹੀਂ ਤੇ ਸਾਹੀਵਾਲ ਚ ਇਹੋ ਜਿਹਾ ਬਾਥਰੂਮ ਚ ਲੋਟਾ ਨਹੀਂ ਰੱਖਦੇ। ਐਡਾ ਮਾਲਕ ਤੂੰ, ਤੂੰ ਮੈਂ ਤੈਨੂੰ ਕਹਿੰਦਾ ਮੈਂ ਤੇਰੇ ਕੋਲ ਛੁੱਟੀ ਕਰਾ ਲੈਣੀ ਹੈ, ਉਹ ਤੈਨੂੰ ਦੱਸਦਿਆਂ। ਤੇਰੀ ਮਿਹਰਬਾਨੀ, ਮੇਰੀ ਛੁੱਟੀ ਕਰਾ ਦੇ, ਮੈਨੂੰ ਸਬਰ ਆ ਜਾਵੇ। ਖਾਨਾ ਖਰਾਬ ਆ ਤੇਰੇ ਘਰ ਜਾਂਦਾ, ਉਹਦੀ ਨੌਕਰੀ ਕਰਨੇ ਆ, ਇੱਕ ਦਿਨ ਤਨਖਾਹ ਨਹੀਂ ਦਿੱਤੀ ਤੂੰ। ਕਿਉਂ ਨਹੀਂ ਦਿੱਤੀ? ਰਾਤੀ ਤੈਨੂੰ ਦਿੱਤੀ ਨਹੀਂ ਤਨਖਾਹ? ਉਦਾਂ ਮੈਂ ਨਹੀਂ ਲੈਣੀ। ਹਾਂ ਆ ਜਿੱਦਾਂ ਤੂੰ ਰਾਤ ਨੂੰ ਦਿੰਦਾ ਕਿੱਦਾਂ ਤੂੰ ਮੈਨੂੰ ਕਲੀਅਰ ਕਰਦਾ ਰੋਜ਼, ਆਪਣਾ ਇਲਾਜ ਕਰਾ, ਤੈਨੂੰ ਕੀੜੇ ਪੈ ਜਾਣੇ ਇਦਾਂ। ਓਏ ਓਏ ਓ ਛਵੜਾ ਕਿਸੇ ਥਾਂ ਦੇ ਆ, ਕੀ ਗੱਲ ਆ? ਤੈਨੂੰ ਤਮੀਜ਼ ਨਹੀਂ ਹੈਗੀ? ਤੈਨੂੰ ਤਮੀਜ਼ ਨਾ, ਕਿ ਸਾਨੂੰ ਸਲੂਟ ਮਾਰਦੇ ਆ। ਬੂਟ ਮਾਰਦੇ? ਬੂਟ ਓਏ ਕਿਹੜਾ ਬੂਟ ਮਾਰਦੇ ਸਾਲਿਆ? ਕਿਹੜਾ ਬੂਟ ਮਾਰਦੇ ਆ? ਸਲੂਟ ਕੌਣ ਮਾਰਦਾ ਸਾਲਿਆ? ਦਾਤ ਦਾ ਤੂੰ ਬਾਜੇ ਆਲਾ, ਤੇਰੀ ਭੈਣ ਦਾ ਖਾਸਾ ਮੈਂ ਇਹ ਦੱਸ ਪਾ ਲੋ ਲੋਕਾਂ ਸਾਲਿਆ ਕਿੱਧਰ ਨੂੰ ਟੁਰ ਪਿਆ? ਮੈਂ ਸੇਜ ਟੈਸਟ ਕਰਦਾ। ਕੀ ਆ ਤੂੰ? ਮਾਲਕ ਇਸ ਕਰਦਾ? ਓਏ ਅੱਲਾ ਮਾਲਕ, ਤੂੰ ਕੁੱਤਾ ਕੌਣ ਹੈ? ਕਿਹੜਾ ਮਾਲਕ ਤੂੰ ਹੈ? ਮੇਰੇ ਨਾਲ ਬਬਲੂ 9 ਮਹੀਨਿਆਂ ਦੀ ਤਨਖਾਹ ਨਹੀਂ ਦਿੱਤੀ, ਪਤਾ ਨਹੀਂ ਸਤਮਾਇਆ ਤੂੰ ਸਤਮਾ। ਜਦੋਂ ਤਨਖਾਹ ਮੰਗਦਾ ਮੈਂ ਮਾਲਕ ਆ, ਕਾਹਦਾ ਮਾਲਕ ਆ ਤੂੰ? ਹੈ ਤੈਨੂੰ, ਤੂੰ ਮੈਨੂੰ ਇਹ ਦੱਸ, ਕੱਲ ਜਿਹੜਾ ਮੈਨੂੰ ਸਾਲਣ ਖਿਲਾਇਆ ਭੋਰਾ ਮਜ਼ਾ ਨਹੀਂ ਆਇਆ ਤੁਹਾਡੇ? ਅੱਜ ਗੁਰਦੇ ਕਪੂਰੇ ਪਕਾ। ਮੈਂ ਗੁਰਦੇ ਕਪੂਰੇ ਪਕਾਏ, ਤੁਹਾਨੂੰ ਮਜ਼ਾ ਨਹੀਂ ਆਇਆ? ਨਹੀਂ ਆਇਆ। ਹੱਥ ਸੁੱਟੋ, ਅੱਜ ਮਜ਼ਾ ਆਊ। ਉਹ ਕਿਉਂ? ਅੱਜ ਮੈਂ ਪੂਰਾ ਸੈੱਟ ਪਕਾਇਆ। ਹੈਂ, ਤੇਰਾ ਤਾਲੂ ਚੁੱਕ ਦੇਣਾ ਪਹਿਲੀ ਵੋਟੀ ਨੇ। ਬਬਲੂ ਓਨੀ ਕੁ ਭੈਣ ਦੇ ਜਿੰਨੀ ਤੂੰ ਮੈਨੂੰ ਪਿੱਛੇ ਕਹਿ ਕੇ ਆਇਆ। ਨਹੀਂ ਮੈਂ ਬਹੁਤੀ ਦੇਣੀ ਆ, ਪਤਾ ਮੇਰੀ ਖਿੱਚੀ ਆ, ਮੈਂ ਇੱਦਾਂ ਹੀ ਦੇਣੀ। ਸਾਲਾ ਬਕਵਾਸ ਕਰੀ ਜਾਣ ਡੇ ਆ ਬੇਟਾ, ਤੈਨੂੰ ਫੈਸਲਾਬਾਦ ਇਸ ਲਈ ਸੱਦਿਆ ਸੀ ਮੈਨੂੰ? ਸਾਲਾ ਮੈਨੂੰ ਕਹਿੰਦਾ ਆ ਤੈਨੂੰ ਸਾਹੀਵਾਲ ਤੇਰੀ ਬੜੀ ਇੱਜ਼ਤ ਕਰਾਂਗਾ ਮੈਂ, ਆ ਸਾਲਿਆ ਇਕੱਠਾ ਇੱਜ਼ਤ ਕਰਨ ਡਿਆ ਮੇਰੀ? ਮੈਂ ਤੇ ਇੱਜ਼ਤ ਕਰਨ ਡਿਆ ਜਿਨ੍ਹਾਂ ਨੇ ਪੈਸੇ ਦਿੱਤੇ, ਹੱਸ ਹੱਸ ਕੇ ਤੇਰੀ ਭੈਣ ਉਹ ਕੱਢਣ ਦਾ ਆ। ਨਾਲੇ ਫੈਸਲਾਬਾਦ ਸਾਲਿਆ ਤੂੰ ਬੜਾ ਉੱਥੇ ਕਰਨਲ ਲੱਗਾ ਸੀ, ਕਰਨਲ ਲੱਗਾ ਉੱਥੇ ਵੀ ਤੂੰ ਬਾਜੀਆਂ ਵਾਲਾ ਹੀ ਸੀਗਾ। ਓਏ ਹਰਾਮ ਦਿਆ, ਬਾਜੀਆਂ ਵਾਲਾ ਕਿਹੜਾ ਇੱਥੇ? ਓ ਸੇਜਾ ਬੇਟੇ, ਕਰੋੜਾਂ ਰੁਪਇਆ ਦੀ ਮੈਂ ਆ ਜੈਕਟ ਦੀ ਮੇਰੀ 1,00,000 ਰੁਪਏ ਦੀ ਹੈ। ਕਿਹੜੀ? ਹਾਂ ਆ ਜੈਕਟ ਉਹ ਆ ਜਿਹੜੀ ਉਹ ਸੋਟੀ ਨਾਲ ਉੱਤੋਂ ਲਾ ਕੇ ਦਿੰਦੇ ਐ ਕਰਕੇ, ਆ ਜੈਕਟ ਆਮ ਨਹੀਂ ਗੀ। ਹਾਂ ਇਹ ਉਹ ਜੈਕਟ ਆ ਜਿਹੜਾ ਬੰਦਾ ਗੰਢ ਦੇ ਵਿੱਚੋਂ ਉੱਤੇ ਪੈਰ ਰੱਖ ਕੇ ਖਿੱਚਦਾ ਐ ਕਰਕੇ, ਤੇ ਫੇਰ ਅਗਲੇ ਨੂੰ ਕਹਿੰਦਾ ਭਾਜੀ ਧੋਣ ਵਾਲੀ ਆ, ਕਿੰਨੇ ਪੈਸੇ ਲੈਣੇ ਇਹਦੇ? ਲੰਡਾ ਸਾਲਾ, ਜੇ ਹੁਣ ਜੁਗਤਾਂ ਦੀ ਗੱਲ ਕਰਦਾ ਤਾਂ ਸਾਲਿਆ ਮੈਂ ਆ ਮੇਰੇ ਨਾਲ ਬੰਦੇ ਰਲ, ਮੈਂ ਤੇਰੀ ਭੈਣ ਨਾਲ ਕੱਟਾ, ਤੂੰ ਮੈਨੂੰ ਨਾ ਨਾਮ ਪਤਾ ਦੇ।
ਕੀ ਤੂੰ ਮੇਰੀ ਭੈਣ ਕੱਢਣੀ ਹੈ? ਸਾਲਿਆਂ ਦਾ ਤਮੀਜ਼ ਨਹੀਂ ਹੈਗੀ ਵੱਡੇ ਛੋਟੇ ਸਾਲਿਆਂ ਤਮੀਜ਼ ਨਿਤਰਾਂ ਕਿੱਥੇ ਆ ਹੈ ਹੈ ਕੀ ਗੱਲ ਆ ਸਾਈਕਲ ਚੋਰ ਆ ਵੇ ਚਮਚਾ ਮਾਰ ਦੇ ਚਾਰ ਗਾਣੇ ਲੰਘ ਗਏ ਕੁੜੀਆਂ ਦਾ ਭਰਾ ਪੈਸੇ ਲੈਣ ਆਇਆ ਆ ਮੇਰੀ ਗੱਲ ਤੁਹਾਨੂੰ ਸਮਝ ਨਹੀਂ ਆਈ ਇਹਨੂੰ ਸੁਣੋ ਫਿਰ ਇਹਨੂੰ ਸੁਣੋ ਬਸ ਤੂੰ ਪਤਾ ਨੀ ਡਰਾਮੇ ਦਾ ਭੈਂਗਾ ਤੇਰੀ ਭੈਣ ਪਿੱਛੋਂ ਨਿਕਲ ਹੁੰਦਾ ਹੀ ਆ ਇੱਧਰ ਆਵਾਜ਼ਾ ਗਿਆ ਅੱਛਾ ਇੱਕ ਮਿੰਟ ਗੱਲ ਉਹ ਤੇਰੀ ਬਾਜੀ ਵਾਲੀ ਦੁਕਾਨ ਨੀ ਗੀ ਨਹੀਂ ਤੈਨੂੰ ਤੇਰੀ ਮਾਂ ਦੀ ਕਸਮ ਹਾਂ ਸਹੀ ਗੱਲ ਅੱਲਾ ਦੀ ਕਸਮ ਨਹੀਂ ਹੈਗੀ ਕਿੰਨਾ ਦੀ ਯਕੀਨ ਕਰਕੇ ਜਾਣੀ ਇਹਦਾ ਤਾਇਆ ਭੈਂਗਾ ਜਿਹੜਾ ਪੈਸੇ ਫੜਦਾ ਉਹਦੀਆਂ ਸਾਲੇ ਦੀਆਂ ਅੱਖਾਂ ਹੀ ਅੰਜਾਂ ਕਰਕੇ ਉਹ ਲਾੜਾ ਘੋੜੇ ਦੇ ਉੱਤੇ ਬੈਠਾ ਉਹ ਪੈਸੇ ਫੜਦਾ ਰਿਹਾ ਉਹ ਅਚਾਨਕ ਘੋੜੇ ਦੇ ਥੱਲੇ ਹੱਥ ਲੱਗਾ ਕਹਿੰਦਾ 5000 ਵਾਲਾ ਕਿਹਦਾ ਚਵਲਾ ਮਾਰੀ ਜਾਂਦੇ ਆ ਅੱਲਾ ਦੀ ਕਸਮ ਮੈਂ ਨੀ ਘਿਓ ਮਹਿੰਗਾ ਕਰਦਾ ਇੰਨੇ ਖਿਲਾਫ ਹੋਏ ਮੇਰੇ ਤੇ ਸਾਲਿਆ ਉਹਨਾਂ ਨੂੰ ਕੀ ਦੱਸਦਾ ਉਹਨਾਂ ਨੇ ਤੇਰੀ ਭੈਣ ਤੜਕਣੀ ਆ ਤੜਕਣੀ ਉਹਨਾਂ ਨੂੰ ਕੀ ਦੱਸਦਾ ਤੈਨੂੰ ਤੇਰੇ ਅਸਲੀ ਪਿਓ ਦਾ ਵਾਸਤਾ ਹੁਣ ਨਾ ਬੋਲੀ ਪਿਓ ਦਾ ਵਾਸਤਾ ਜਿਹੜਾ ਤਿੰਨ ਵਾਰੀ ਇਧਰੋਂ ਫੜਿਆ ਗਿਆ ਨਹੀਂ ਹੁਣ ਬੋਲਦਾ ਇੱਥੇ ਕਿਸੇ ਨੇ ਵੱਡਾ ਗੋਸ਼ਟ ਖਾਧਾ ਕਿਸੇ ਨੇ ਛੋਟਾ ਖਾਧਾ ਤੂੰ ਕੁੱਤਾ ਖਾਧਾ ਆ ਕੁੱਤਾ ਖਾ ਹੀ ਨਹੀਂ ਸਕਦਾ ਉਹਦੇ ਐਨਕ ਲਾ ਕੇ ਖੜਾ ਉਹ ਤੇਰੀ ਭੈਣ ਨੂੰ ਥੱਲੇ ਤੁਸੀਂ ਲਈਆਂ ਮਹਿੰਗੇ ਮਹਿੰਗੀਆਂ ਸਾਲਾ ਸ਼ੇਵ ਕਰਾਉਣ ਗਿਆ ਸ਼ੇਵ ਕਰਕੇ ਨਾਈ ਨੂੰ ਕਹਿੰਦਾ ਮੇਰੀਆਂ ਗੱਲਾਂ ਦੇ ਧਾਗਾ ਮਾਰ ਦੇ ਔਰ ਨਾਈ ਨੇ ਪੌਂਡਾ ਪੀਤਾ ਉਹਨੇ ਮੱਤ ਮਾਰਤੀ ਇਹ ਪਹਿਲਾਂ ਕਵਾਲਾਂ ਨਾਲ ਜਾਂਦਾ ਸੀ ਹੁਣ ਇਹਦੀ ਭੈਣ ਰਿਹਾਨਾ ਨਾ ਜਾਂਦਾ ਤੁਸੀਂ ਮਹਿੰਗੀਆਂ ਟਿਕਟਾਂ ਲਈਆਂ ਤੁਸੀਂ ਨਾ ਬੋਲ ਉਹ ਗਰੀਬ ਬੋਲਣ ਗਰੀਬਾਂ ਨੂੰ ਇਜਾਜ਼ਤ ਆ ਯਾਰ ਮੈਂ ਕੀ ਤੂੰ ਸਾਲਾ ਸੁਣਦਾ ਨੀ ਮੇਰੀ ਬੜੀ ਦੇਰ ਬਾਅਦ ਸਾਹੀਵਾਲ ਆਇਆ ਮੈਂ ਮੈਨੂੰ ਕਹਿੰਦਾ ਸਾਲਾ ਕਹਿੰਦਾ ਆ ਤੇਰੀ ਮੈਂ ਸਾਹੀਵਾਲ ਚੱਲ ਮੇਰੀ ਤੇਰੀ ਬੜੀ ਇੱਜ਼ਤ ਕਰੂੰਗਾ ਬਾਜ ਇਹ ਵੀ ਉਹਨਾਂ ਨਾਲ ਦਾ ਹੀ ਆ ਇੱਧਰ ਆ ਜਾ ਮੇਰੀ ਗੱਲ ਸੁਣ ਕੋਈ ਕੋਈ ਵੀ ਨਹੀਂ ਹੈਗਾ ਆਪਸ ਝੋਲੀਏ ਹੈ ਕੋਈ ਵੀ ਨਹੀਂ ਹੈਗਾ ਆਪਸ ਝੋਲੀਏ ਉਹ ਨਹੀਂ ਇਹ ਘੁੱਟ ਲੈਂਦਾ ਪੈਸੇ ਨਹੀਂ ਗੁੱਟੀ ਦੇ ਖੁੱਲੇ ਖਰਚ ਕਰੀ ਦੇ ਖੁੱਲੇ ਆਪਣੀ ਬੇਗਮ ਨੂੰ ਬਾਅਦ ਚ ਲੈ ਕੇ ਬੈਠਾ ਰਹੇ ਉਹ ਤੇਰੀ ਨੂੰ ਲੈ ਕੇ ਪਵਾਂ
ਮਿਸਾਲ ਆ ਹਰ ਬੰਦਾ ਆਪਣੀ ਨੂੰ ਲੈ ਕੇ ਬਹਿੰਦਾ, ਤੁਹਾਡੇ ਚ ਪਤਾ ਨੀ ਕਿਸੇ ਨੀ ਲੈ ਕੇ ਬਹਿੰਦੇ। ਮੈਂ ਜ਼ਿੰਦਗੀ ਜੀ ਨਹੀਂ ਖੜਾ ਹੋਇਆ, ਅੱਲਾ ਦੀ ਕਸਮ ਡਾਇਵੋ ਤਾਂ ਜਾਣਾ ਜਿੱਥੇ ਜਾਵਾ। ਆਪਣੇ ਕਿਸੇ ਨੇ ਵਾਕਫ ਆਪਣੇ ਪਿਓ ਭੈਣ ਦੇ ਕਸਮ ਨੂੰ ਬੁਲਾ ਲਾ। ਕੀ ਹੋਇਆ ਮੈਂ ਨੀ ਆਉਂਦਾ ਭਾਈ ਮੁੜ ਕੇ? ਸਹੀ ਗੱਲ ਆ ਭਾਈ, ਜਿੱਦਾਂ ਭੈਣਾਂ ਵਿਆਹ ਤਾਂ ਮੁੜ ਕੇ ਨੀ ਆਉਂਦੇ ਉੱਥੇ। ਅੱਲਾ ਦੀ ਕਿਸਮਤ ਪੈਸੇ ਨਾ ਫੜੇ ਹੁੰਦੇ ਮੈਂ ਚੱਲ ਜਾਣਾ ਸੀ। ਇਹ ਤੈਨੂੰ ਅਸੀਂ ਕੁਛ ਹੋਰ ਫੜਾਉਣਾ ਸੀ, ਫੜਾ। ਅੱਜ ਯਕੀਨ ਕਰਕੇ ਜਾਣੀ ਆ, ਪਿਛਲੀ ਵਾਰੀ ਆਰਫ ਵਾਲਿਓ ਡਰਾਮਾ ਮੁੱਕਿਆ ਤੇ ਬੱਸ 'ਚ ਬਹਿ ਗਿਆ ਤੇ ਸੀਟ ਲੱਭੀ ਨਹੀਂ ਕਦੀ ਅੱਗੇ ਨੂੰ ਕਦੀ ਪਿੱਛੇ ਨੂੰ। ਉਹ ਕਲਿੰਡਰ ਕਹਿੰਦਾ ਭਾਈ ਡਿੱਗ ਪੈਂਗਾ ਇੱਥੇ, ਡੰਡਾ ਫੜ ਕੇ ਖਲੋ ਜਾ। ਇੰਨੇ ਡੰਡਾ ਫੜਿਆ ਤੇ ਜਾ ਕੇ ਫੈਸਲਾਬਾਦ ਉਤਰਿਆ। ਉਹ ਜਦੋਂ ਆਉਣ ਵਾਲਿਓ ਫੈਸਲਾਬਾਦ ਉਤਰਿਆ, ਨਾਲ ਇੱਕ ਬਾਬਾ ਉਤਰਿਆ, ਕਹਿੰਦਾ ਖੋਤੀ ਦੇ ਆ ਬੱਚੇ ਆ। ਉਹ ਕਹਿੰਦਾ ਮੈਂ ਸਾਹੀਵਾਲ ਉਤਰਨਾ, ਤੂੰ ਮੇਰਾ ਡੰਡਾ ਫੜਿਆ, ਮੈਨੂੰ ਵੀ ਨਾਲ ਹੀ ਲੈ। ਮੈਨੂੰ ਇਹ ਦੱਸੋ, ਵਾਜੇ ਵਾਲੇ ਦੇ ਇੰਨਾ ਖਿਲਾਫ ਹੋਏ ਆ, ਵਾਜਾ ਸ਼ਜ਼ੀਦ ਵਜਾਉਂਦਾ ਸੀ? ਕੈਸੇ ਬੰਦੇ ਯਾਰ ਤੁਸੀਂ, ਇਹ ਵਾਜਾ ਨਾ ਹੋਵੇ ਤੁਹਾਡਾ ਵਿਆਹ ਹੀ ਨਹੀਂ ਲੱਗਦਾ, ਕੁੜੀ ਤੋਂ ਫਨਾਉਣ ਚੱਲੇ ਆ। ਯਕੀਨ ਕਰਕੇ ਜਾਣੀ, ਅੰਗਰੇਜ਼ ਨੂੰ ਇਹਨਾਂ ਨੇ ਦੱਸਿਆ ਉਸ ਕੰਮ ਦਾ। ਸਾਰੇ ਇੱਥੇ ਲਾਗੇ ਵਜਾ ਦਵੋ। ਮੈਂ ਵਾਜੇ ਵਜਾ ਤਾਂ ਦਵਾਂ, ਲੇਕਿਨ ਮੇਰਾ ਹੱਥ ਨਹੀਂ ਪੈਣਾ। ਤੇ ਵਾਜਾ ਅਸੀਂ ਵੀ ਤੇਰੇ ਮੂੰਹ ਚ ਪਾ ਤੇ ਦਈਏ, ਸਾਨੂੰ ਡਰ ਆ ਤੂੰ ਦੰਦੀ ਨਾ ਵੱਢਦਾ। ਕਾਹਦਾ ਰੋਲਾ ਪਾਇਆ, ਤੂੰ ਨਕਰਾਣੀ ਇਸ ਘਰ ਦੀ ਤੇ ਤੂੰ ਵਾਜਾ ਇਸ ਘਰ ਦਾ ਪਾਪਾ ਪਾਪਾ ਪਾ। ਕੁੜੀ ਕਿਸੇ ਦੀ, ਮੁੰਡਾ ਕਿਸੇ ਦਾ, ਇਹਨਾਂ ਦੀ ਧੁੱਪੇ ਭੈਣ ਨਿਕਲਣ ਦਿੰਦੀ। ਖੋਤੀ ਦੇ ਬੱਚੇ ਮੱਝ ਕਿਸੇ ਦੀ ਖੋਲਦੀ ਹੈ, ਛਿੱਤਰ ਤੁਹਾਨੂੰ ਪਹਿਨਦਾ। ਤਬਾਹ ਕਰਨਾ ਜਿਹੜਾ ਏਦਾਂ ਜਾ ਜਾ ਉਹਦੇ ਟਾਇਰ ਲਮਕਦੇ ਜਿਹਦੇ ਨਾਲ। ਤੈਨੂੰ ਮੈਂ ਕਿੰਨੀ ਵਾਰੀ ਕਿਹਾ ਤੇਰੇ ਵਾਸਤੇ 16 ਕਿਲੋ ਘਿਓ ਮੰਗਾਇਆ ਮੈਂ, ਉਹ ਸਾਲ ਗਿਆ। ਮੇਰਾ ਛੀਰਾ ਪੈਣ ਲੱਗਾ ਮਾਮਾ ਜੀ, ਹਰਾਮ ਦੀ ਵੱਧ ਤੋਂ ਵੱਧ ਆਉਂਦੀ ਗਈ। ਅੱਛਾ ਕੈਸੀ ਗੱਲ ਆ, ਇਹਦੇ ਵਾਸਤੇ 16 ਕਿਲੋ ਘਿਓ ਮੰਗਾਉਣ ਲੱਗਾ? ਉਹ ਸਾਲਿਓ ਤੁਸੀਂ ਐਡੇ ਘਰ ਗਰੀਬ ਜੇ, ਤੁਹਾਡੇ ਘਰ ਤੜਕਾ ਏਦਾਂ ਲੱਗਦਾ ਜਿੱਦਾਂ ਚਿੜੀ ਲਾਈ ਦੀ। 2 ਕਿਲੋ ਸਬਜ਼ੀ ਚਮਚੀ ਘਿਓ,
ਹਰਾ ਸੂਟ ਪਾ ਕੇ ਆ ਗਈ ਆ। ਹਾਂਜੀ ਨਹੀਂ ਅੱਛਾ ਲੱਗ ਰਿਹਾ। ਇਹ ਸਾਹੀਵਾਲ ਦੇ ਲੋਕ ਆ ਤੇ ਲਾਲ ਬੱਤੀ ਤੇ ਲੁਕਦੇ। ਹਾਂਜੀ ਸਿੱਧੇ ਇਹਨਾਂ ਇੱਕ ਮਿੰਟ, ਇਹ ਤੁਹਾਨੂੰ ਗੱਲ ਮੇਰੀ ਸਮਝ ਨਹੀਂ ਆਈ ਠਹਿਰ ਜਾ ਹੁਣ ਦੇਖ ਲਾ ਹੁਣ ਗੱਲ ਮੈਨੂੰ ਨਹੀਂ ਕਰਨ ਦਿੰਦੇ ਮੇਰੀ ਜਾਨ। ਆ ਥੋੜੀ ਨੀਵੀ ਹੋ ਤੈਨੂੰ ਅਸਲੀ ਵਾਜਾ ਦਿਖਾਉਣਾ। ਸਾਰਿਆਂ ਨੇ ਬਟਨ ਘੁੱਟ ਕੇ ਤੇਰੇ ਡੇਲੇ ਬਾਹਰ ਕੱਢ ਦੇਣ। ਅਕਬਾਲ ਜਾਣ ਲੱਗਾ ਮੇਰੀ ਕੱਛੀ ਤਾਂ ਕਰ ਦੇਂ। ਇਹੋ ਜਿਹੇ ਲੋਕਾਂ ਦੀ ਤੇਰੀ ਮੈਂ ਭੈਣ ਕਰ ਲਈ। ਤੁਸੀਂ ਯਕੀਨ ਕਰਕੇ ਜਾਣੀ ਜਿੱਥੇ ਘਰ ਰਹਿੰਦਾ ਵਾ ਨਾ, ਏਡਾ ਗਰੀਬ ਆ ਇਹਦੇ ਘਰ ਦੀਆਂ ਕੰਧਾਂ ਇੰਨੀਆਂ ਇੰਨੀਆਂ ਭਾਜੀ, ਬੰਦਾ ਗਲੀ ਚੋਂ ਲੰਘੇ ਨਾ ਇਹਦੇ ਵਿਹੜੇ 'ਚ ਝਾਤੀ ਪੈਂਦੀ ਆ। ਇੱਕ ਦਿਨ ਰਾਤ ਨੂੰ ਕਿਤੇ ਆਪਣੀ ਬੁੱਢੀ ਨਾਲ ਪਿਆਰ ਕਰਨ ਦਿਆ, ਇੱਕ ਬੰਨਾ ਗਲੀ 'ਚੋਂ ਜਾਣ ਲੱਗਾ ਥੁੱਕ ਲਾ ਗਿਆ। ਏਦਾਂ ਹੁੰਦਾ ਤੁਹਾਨੂੰ ਕਿਸੇ ਲੱਗੇ ਏਦਾਂ ਹੁੰਦਾ ਉੱਤੋਂ ਪਤਾ ਨਹੀਂ ਥੁੱਕ ਨਸਵਾਰ ਵਾਲਾ ਇਹਦੀ ਬੁੱਢੀ ਨੂੰ ਚੱਕਰ ਚੜ ਗਿਆ, ਕਹਿੰਦੀ ਆਹ ਕੀ ਹੈ। ਉਹ ਸਾਲਿਆ ਪਹਿਲੋ ਰੱਬ ਨੇ ਥੋੜੀ ਕੀਤੀ ਤੋਂ ਫੇਰ ਮੂੰਹ ਚੜਾਈ ਜਾਂਦਾ। ਉਹ ਸ਼ੁਕਰ ਕਰੋ ਮੈਨੂੰ ਮਾਲਾ ਬਣਾ ਕੇ ਰੱਬ ਨੇ ਤੁਹਾਡੀ ਭੈਣ ਬਚਾਤੀ। ਮੈਨੂੰ ਅਸਲ ਵਿੱਚ ਪਤਾ ਤਾਂ ਲੱਗੇ ਭਾਈ, ਉਹ ਤੂੰ ਇੰਨਾ ਟੱਪਣ ਦਿਆ ਘਰਦਿਆਂ ਨੇ ਤੈਨੂੰ ਮਿਰਚਾਂ ਲੈ ਕੇ ਦਿੱਤੀਆਂ ਡੱਬੇ 'ਚ ਰੱਖ, ਤੂੰ ਕਿੱਥੇ ਰੱਖੀ ਬੈਠਾ? ਮੈਂ ਸਾਇੰਸਦਾਨ ਆ। ਕਿਉਂ ਪਾਗਲਖਾਨੇ? ਮੈਂ ਸਾਇੰਸਦਾਨ ਆ। ਜਨਾਬ ਕਿੱਦਾਂ ਹੈ? ਓਦਾਂ ਹੀ। ਵੀਜ਼ੇ ਦਾ 20 ਲੱਖ ਰੁਪਏ ਦਿੱਤਾ, ਵੀਜ਼ਾ ਕਿਉਂ ਨਹੀਂ ਲੱਗਾ? ਕਿੰਨਾ ਦਿੱਤਾ ਮਾਮੇ ਨੂੰ ਤੂੰ? 20 ਲੱਖ ਮਾਮੇ ਨੂੰ ਦਿੱਤਾ, 20 ਲੱਖ। ਸਾਲਿਆ ਜਿੱਥੇ ਤੂੰ ਰਹਿੰਦਾ ਨਾ 2900 ਦਾ ਮੱਲਾ ਵਿਕਿਆ ਸਾਰਾ। ਤੇਰੀ ਮਾਂ ਤਾਂ ਬੈਂਕ ਅੱਗੇ ਸੌਂਦੀ ਲੱਤਾਂ ਖਿਲਾਰ ਕੇ ਨਿਕਲ ਗਈ। ਸਾਲਿਆ 20 ਲੱਖ ਬੱਚਾ ਇੱਕ ਮਰਲੇ ਇਹਨਾਂ ਕੋਲ ਜਗ੍ਹਾ, 35 ਜੀ ਘਰ ਦੇ ਸਾਰੇ ਖਲੋ ਕੇ ਸੌਂਦੇ ਆ ਨਿਕਲ। ਅਸੀਂ ਸ਼ੁਰੂ ਤੋਂ ਅਮੀਰ ਆ। ਇਹਨਾਂ ਨੇ 18,000 ਦੀ ਫਰਿੱਜ ਲਈ ਵਿੱਚ ਪਾਥੀਆਂ ਰੱਖੀ। ਮੈਂ ਇਹਦੀ ਮਾਂ ਜਾ ਕੇ ਪੁੱਛਿਆ, ਮੈਂ ਕਿਹਾ ਖਾਲਾ ਜੀ ਪਾਥੀਆਂ ਕਿਉਂ ਰੱਖੀਆਂ? ਕਹਿੰਦੀ ਪੁੱਤਰ ਸਾਡੇ ਚੁੱਲ੍ਹੇ ਨੇ ਜਰਕਾਣਾ, ਕੋਈ ਠੰਡਾ ਕਰਕੇ ਬਾਲੋ। ਪੈਸੇ ਵਾਲੇ ਨੇ ਫਰਿੱਜ ਲੈਣੀ ਆ, ਇਹਨੂੰ ਇਹ ਹੀ ਨਹੀਂ ਪਤਾ ਕਿਹੜੀ ਚੀਜ਼ ਦਾ ਕੀ ਕਹਿਣਾ ਵਾ। ਜਾ ਕੇ ਕਿਸ਼ਤਾਂ ਵਾਲੀ ਦੁਕਾਨ ਤੇ ਕਹਿੰਦਾ ਓਵਨ ਹੈਗਾ? ਉਹ ਕਹਿੰਦੇ ਹੈਗਾ। ਕਹਿੰਦਾ ਮੇਰੀ ਇੱਕ ਭੈਣ ਗਰਮ ਕਰ ਦਿਓ। ਉਹ ਸਾਲਿਆ ਆਨੇ ਦੀ ਭੈਣ ਨੀ, 21,000 ਦਾ ਓਵਨ
35,000 ਦੀ ਖੋਤਾ ਰੇੜੀ ਲਈ ਇਹਨੇ ਇਹੋ ਜਿਹੇ ਬੱਚਿਆਂ ਨਾਲ ਫ੍ਰੀ ਹੁੰਦੇ ਪਾਵੇ ਦੇ ਨਾਲ ਬੰਨੇ ਹੁੰਦੇ ਜਾਂ ਡਗੜ ਡਗੜ ਜਿਹੜੇ ਬੱਚੇ ਗੇਮਾਂ ਨਹੀਂ ਖੇਡਦੇ ਆਹੋ ਵਿੱਚ ਏਦਾਂ ਦਾ ਹੁੰਦਾ ਇੰਜ ਕਰਕੇ ਟੋਕਨ ਲੈ ਕੇ ਇੱਕ ਬੱਚਾ ਮੱਲਣ ਲੱਗਦਾ ਨਾਲ ਦਾ ਕਹਿੰਦਾ ਉਹ ਇਹਨਾਂ ਨੇ ਛੇਤੀ ਮਰ ਜਾਂਦਾ ਚਲੋ ਮੇਰੇ ਤੇ ਟਿਕਟ ਤਾਂ ਲੱਗਦੀ ਹੈ ਨਾ ਮੈਂ ਪੈਦਾ ਹੋਇਆ ਮੇਰੇ ਤੇ ਟਿਕਟ ਲੱਗਦੀ ਜਦੋਂ ਇਹ ਪੈਦਾ ਹੋਇਆ ਦੀ ਮਾਂ ਟ੍ਰੇਨ 'ਚ ਸਫ਼ਰ ਕਰਨੀ ਉੱਤੋਂ ਪੈ ਕੇ ਡਾਕੂ ਇਹਦੀ ਮਾਂ ਦੀ ਕੰਨ ਪਰ ਤਾਂ ਪਸਤਾਉ ਰੱਖ ਕੇ ਇਹ ਮਾਈਏ ਕਰਦੇ ਚੁੱਪ ਸਹਿ ਕਹਿੰਦੀ ਅੱਛਾ ਆਓ ਪਿਆ ਬਈ ਚੋਰੀਆਂ ਹੁੰਦੀਆਂ ਹੀ ਬਹੁਤ ਆ ਟ੍ਰੇਨ 'ਚ ਅਗਲੀ ਸੀਟ 'ਤੇ ਇਹਦੀ ਮਾਂ ਬੈਠੀ ਡਾਕੂ ਇਹਦੀ ਮਾਂ ਕੋਲ ਵੀ ਚੱਲ ਗਏ ਕੰਨ ਬੜੀ ਤੇ ਪਸਤੌਲ ਲਾ ਕੇ ਕਹਿੰਦੇ ਬੀਬੀ ਕੱਢ ਦੇ ਜੋ ਕੁਛ ਹੈਗਾ ਕਹਿੰਦੀ ਐਵੇਂ ਕੱਢ ਦਵਾਂ ਪੂਰੇ ਪਿੰਡ ਦੀ ਮਾਂ ਨਾ ਟਾਓ ਮੈਂ ਜੰਮਿਆ 20-25 ਮਿੰਟ ਲੱਗੇ ਅੱਧਾ ਘੰਟਾ ਲੱਗਾ ਦੁਨੀਆ ਤੇ ਮੇਰਾ ਇੰਟਰੋਡਿਊਸ ਹੋਇਆ ਇਹ ਜਦੋਂ ਜੰਮਿਆ ਇੱਕ ਸੈਕਿੰਡ ਦੀ ਪੈਦਾਵਾਰ ਕਿਹਦਾ ਮਾਂ ਜੀ ਨੇ ਖਾਲਾ ਟੱਪਾ ਇੱਕ ਬੰਦਾ ਕਹਿੰਦਾ ਮਾਂ ਤੇਰੀ ਕੋਈ ਸ਼ਾਇਦ ਪਈ ਹੋ ਮਹੀਨਿਆਂ ਬਾਅਦ ਮੈਂ ਮਿਲਿਆ ਮੈਂ ਕਿਹਾ ਖਾ ਲੈਣੂੰ ਆਪਣਾ ਦਵੋ ਕਹਿੰਦੀ ਮੂੰਹ ਵੇਖ ਜਿੱਥੇ ਲਾਉਂਦਾ ਛਾਲੇ ਪਾ ਦਿੰਦਾ ਇਹ ਜਦੋਂ ਹੋਇਆ ਦੀ ਮਾਂ ਨੇ ਗਾਣਾ ਗਾਇਆ ਹਮ ਤੁਮ ਯੇ ਬਹਾਰ ਦੇਖੋ ਰੰਗ ਲਾਇਆ ਪਿਆਰ ਬਰਸਾਤ ਕੇ ਮਹੀਨੇ ਮੇਂ ਇਹਦੇ ਪਿਓ ਨੇ ਆਣ ਕੇ ਠੁੱਟਾ ਮਾਰ ਕੇ ਕਿਹਾ ਤੈਨੂੰ ਜਲਦੀ ਸੀ ਬੜੀ ਮਜ਼ਦੂਰ ਲੱਗੇ 25 ਲੇਟ ਕੰਮ ਹੋਇਆ ਮਹੀਨੇ ਮੇਂ ਸਾਲਿਆ 2 ਮਹੀਨੇ ਦਾ ਕੰਮ ਮਹੀਨੇ 'ਚ ਮੰਗਾਤਾ ਤੂੰ ਸ਼ਾਰਟਕੱਟ ਸੀ ਸ਼ਾਰਟਕੱਟ ਸੀ ਅੱਛਾ ਤੇਰੀ ਪਦੈਸ਼ ਹੀ ਸ਼ਾਰਟਕੱਟ ਹੋਈ ਹੈ ਹੁਣ ਪਦੈਸ਼ ਨੂੰ ਛੱਡੋ ਤੁਸੀਂ ਮੈਨੂੰ ਇਹ ਦੱਸੋ ਤਸ਼ਰੀਫ ਮਾਮੇ ਨੂੰ ਬਾਹਰ ਕੱਢ ਉਹ ਤੇ ਕੱਢ ਦਿੱਤਾ ਕਦੋਂ ਦਾ ਟੈਕਨੀਕਲ ਖੋਤੀ ਦੇ ਆ ਬੱਚੇ ਆ ਮਾਮੇ ਨੂੰ ਬਾਹਰ ਕੱਢ 20 ਲੱਖ ਰੁਪਏ ਉਹਨਾਂ ਕੋਲ ਲੈਣਾ ਖੋਤੀ ਦਾ ਬੱਚਾ ਵਾਜੇ ਵਾਲੇ ਨੂੰ ਇਹਦੀ ਸਾਲੇ ਦੀ ਸ਼ਾਦੀ ਹੋਣ ਲੱਗੀ ਇਹਦੀ ਮਾਂ ਕੁੜੀ ਵਾਲਿਆਂ ਨੂੰ ਕਹਿੰਦੀ ਮੇਰਾ ਮੁੰਡਾ ਨਾ 50,000 ਕਮਾਉਂਦਾ ਅੱਛਾ ਇਹਦੇ ਸਾਲੇ ਨੇ ਚੰਦ ਮਾਰੀ ਇਹਦੇ ਮਾਈ ਦੀ ਕਹਿੰਦਾ ਸਾਲੀਏ ਫਾਇਦਾ 50 ਦਾ 25,000 ਦੀਆਂ ਤੇ ਟਿੰਡਾ ਕਰਾ ਦਿੰਦਾ ਵੇਲੋ ਕਿੰਨਾ ਨਫੀਸ ਬਣਿਆ ਸ਼ਰੀਫ ਔਰਤ ਹੁੰਦੀ ਇਹਨਾਂ ਦੇ ਸੌਣ ਦਾ ਤਰੀਕਾ ਬੜਾ ਅਜੀਬ ਹੈਲੋ ਕਾਮਰਾਨ ਮਿਲੇ ਕਾਫੀ ਲਿਖਾ ਗੁਰਦੀਸ ਇਹਦੀ ਭੈਣ ਰਫੀਕਾ ਭੰਬੀਰੀ ਉਹਦੇ ਸੌਣ ਦਾ ਤਰੀਕਾ ਹੀ ਬੜਾ ਜੀ ਉਹਨੇ ਕੋਈ ਠੁੱਟਾ ਮਾਰਿਆ ਬਸ਼ੀਰ ਸ਼ਰਬਤ ਵੇਚਣ ਵਾਲਾ ਤੂੰ ਕੌਣ ਓਏ ਵਾਪਸ ਚੱਲ ਮੈਨੂੰ ਜਗ੍ਹਾ ਵਹਾ ਵੇਖੀ ਮੇਰੀਆਂ ਜਾਣੀਆਂ ਆ ਜਾ ਤੈਨੂੰ ਦਿਖਾਵਾ ਆ ਜਾ ਮੇਰੇ ਬੇ ਧੋਤੀ ਚ ਵੜਦਾ ਆ ਜਾ ਇੱਧਰ ਆ ਗੱਲ ਰਹਿੰਦੀ ਆ ਮੈਂ ਡਰ ਲੈਣ ਗਿਆ ਤੇਰਾ
ਸਵੇਰ ਤੋਂ ਲੈ ਕੇ ਸ਼ਾਮ ਤੱਕ ਬੈਠੇ, ਬੂਟਾਂ 'ਚ ਪਸੀਨੇ ਹੋ ਗਏ, ਮੱਤਾਂ ਵੱਜ ਗਈਆਂ, ਕੱਖ ਰੁਪਈਆ ਨਹੀਂ ਆਇਆ, 24 ਘੰਟੇ ਬਹਿ ਕੇ ਲੈਣਾ ਭਲਾ ਕੀ ਇਹਨੇ ਨੇ ਚੌਲ। ਤੇਰੀ ਤੇਰੀ ਭੈਣ ਕੱਟਾ, ਤੂੰ ਵੀ ਆ ਕੇ ਇਹਦੇ ਨਾਲ ਦਾ ਹੋ ਗਿਆ। ਸਰਦੀਆਂ ਜਦੋਂ ਪਿਓ ਫੌਤ ਹੋ ਗਿਆ, ਗਿੱਲੀਆਂ ਡਰਾਬਾ ਪਾ ਬੈਠਾ, ਥੁੜਕ ਕੇ ਮਰ ਗਿਆ। ਇਹਦਾ ਪਿਓ 2 ਵਾਰੀ ਮਰ ਗਿਆ ਜੀ। ਕਿਵੇਂ? ਇੱਕ ਵਾਰੀ ਗਿੱਲੀਆਂ ਜਰਾਬਾਂ ਮਰ ਗਿਆ, ਠੰਡ ਨਾਲ ਮਰ ਗਿਆ। ਨੇਕ ਬੰਦਾ ਸੀ, ਜੰਨਤ 'ਚ ਗਿਆ, ਉੱਥੇ ਹੂਰਾ ਨੇ ਪੱਖਾ ਚੱਲਿਆ, ਫਿਰ ਮਰ ਗਿਆ। ਇਹਦਾ ਤਾਇਆ ਫੌਤ ਹੋ ਗਿਆ, ਫਰਿਸ਼ਤੇ ਹਿਸਾਬ ਲੈਣਾ, ਕਹਿੰਦੇ ਉੱਠ ਹਿਸਾਬ ਤੇ, ਕਹਿੰਦੇ ਜੀ ਬੈਕ ਵਾਲਾ ਪਿੱਛੇ ਆਉਣ ਦਾ। ਬਾਜਿਆਂ ਦੀ ਦੁਕਾਨ ਪਾਈ ਤੇ ਵੱਡੇ ਬਾਜੇ ਤੇ ਝੋਲਾ ਚੜਿਆ। ਮੈਂ ਕਿਹਾ ਭਾਜੀ ਵੱਡੇ ਬਾਜੇ ਤੇ ਝੋਲਾ ਕਿਉਂ ਚੜਿਆ? ਆ ਜਾ ਉੱਥੇ। ਮੈਂ ਕਹਿੰਦਾ ਜਾਵੇ, 2 ਗੱਡੀਆਂ 3 ਕਾਰਾਂ ਲੈਣੀਆਂ। ਕਿੰਨੀਆਂ? 2 ਗੱਡੀਆਂ 3 ਕਾਰਾਂ। ਜੇ ਲੈਣੀ ਆ ਗੱਡੀ ਤੇ ਜਾਣੀ ਆ ਅੱਡੀ, ਜੁੱਤੀ ਪਾਉਣੀ ਜਿਹੜੀ ਤੂੰ। ਸਾਲੀਆ ਤੈਨੂੰ ਵੀ ਤਾਂ ਵਿਆਹ ਦੀ ਜਲਦੀ ਪਈ ਸੀ, ਉਹ ਇਹਦੇ ਨਾਲੋਂ ਤੇ ਕੋਈ ਲੋਹੇ ਵਾਲੇ ਕੋਲੋਂ ਲੋਹੇ ਦਾ ਸੰਬਲ ਲੈ ਲੈਂਦੀ ਤੂੰ। ਐਡਾ ਸੋਹਣਾ ਵਿਕਣਾ ਸੀ ਤੇਰਾ। ਤੂੰ ਆਪਣੀ ਭੈਣ ਦਾ ਵਿਆਹ ਮੇਰੇ ਨਾਲ ਕਰਾਉਣਾ? ਸਿਰੇ ਨੂੰ ਉੱਠਦੀ ਨੇ ਕਹਿਣਾ ਮੈਨੂੰ ਬੈਠੀ ਨੂੰ ਮਿਲੋ, ਮੇਰੇ ਕੋਲ ਉੱਠਿਆ ਨਹੀਂ ਜਾਂਦਾ। ਉੱਠਿਆ ਕਿਉਂ ਨਹੀਂ ਜਾਂਦਾ? ਇਹ ਦੰਦੀ ਐਡੀ ਬੁਰੀ ਵੱਢਦਾ। ਮੈਂ ਇਸ ਘਰ ਦਾ ਬਵਰਜੀ ਆ ਤੇ ਆਹ ਕੁੱਤਾ ਮਾਲਕ ਆ। ਸੋਰੀ, ਆ ਮਾਲਕ ਆ ਜੀ ਇਸ ਘਰ ਦਾ, ਬਾਊ ਜੀ। ਇਹਦੀ ਪੂਰੇ ਸ਼ਹਿਰ 'ਚ ਇੱਕ ਦੁਕਾਨ ਹੈ ਤੇ ਲੋਕੀ ਨੂੰ ਚੋਰੀ ਚੋਰੀ ਕਹਿੰਦੇ ਆ। ਅੱਛਾ ਜੀ, ਦੁਕਾਨ ਕਾਹਦੀ ਹੈ? ਦੁਕਾਨ ਕਾਹਦੀ? ਦੁਕਾਨ ਵਾਜਿਆ ਇੰਜ ਟੰਗੇ ਜਿਵੇਂ ਭੈਣ ਦੀ ਵਰੀ ਟੰਗੀ। ਮੈਂ ਨਹੀਂ ਦੱਸਿਓ ਸੱਚੀ ਮੁੱਚੀ ਦੁਬਈ ਖੜਨਾ ਤੈਨੂੰ। ਦੁਬਈ ਕਿਦੋਂ ਖੜਨਾ? ਮਰ ਜਾ ਲਿਆ, ਕਿਦੋਂ ਖੜਨਾ ਦੁਬਈ ਮੈਨੂੰ? ਆ ਕਹਿੰਦਾ ਤੇਰਾ ਮੋਟੀ ਹੋਇਆ। ਹਾਂਜੀ ਚੱਲੀਏ, ਰਕਸ਼ਾ ਲੈ ਗਿਆ। ਦੁਬਈ ਜਾਂਦੇ ਆ ਮੰਮੀ ਡੈਡੀ ਬੱਚੇ, ਬਰਗਰ ਫੈਮਿਲੀਆਂ ਜਾਂਦੀਆਂ। ਓਏ ਆ ਜਿੱਦਾਂ ਦੀ ਸ਼ਕਲ ਹੈ ਤੇ ਕਦੀ ਸਾਡਾ ਪਾਣੀ ਟੱਪਿਆ? ਤੂੰ ਇਹਨੂੰ ਜਾਸ ਦੇ, ਮੈਂ ਤੁਹਾਡੀ ਕੰਨ ਦਾ ਪਿਆਣਾ ਮੇਰਾ ਤੇ। ਆ ਵੇਖ ਲੈ, ਜਦੋਂ ਦਾ ਇਤਰਾ ਵਿਆਹ ਆ ਮੇਰਾ ਤੇ ਕੰਨ ਦਾ ਹੀ ਖਰਾਬ ਹੋ ਗਿਆ ਹੈ। ਮੈਂ ਛੱਡ ਦੇਣਾ ਲੋ ਮਰਾਸੀ ਠਰਕੀ, ਉਹ ਹੱਥ ਪੱਲਾ ਮਾਰ ਰਹੇ ਆ। ਇਧਰ ਆ ਜਾ, ਸਾਨੂੰ ਬਗੈਰਾ ਸਮਝਿਆ? ਇੱਕ ਮਿੰਟ ਬਜੋ ਬਜੋ, ਆਹੀ ਕੰਜਰ ਆ। ਆਓ ਹੈ, ਮੇਰੀ ਬੁੱਢੀ ਨੂੰ ਹੱਥ ਲਾ ਰਹੇ, ਲਣ ਤੋੜ ਤੇ ਰੁਪਈਆ 20-20 ਕੱਢ ਲੋ। ਮੇਰੀ ਬੁੱਢੀ ਨੇ ਇੱਥੇ ਦਦਰੀ ਆ, ਇਹਦੀ ਬੁੱਢੀ ਨੇ ਇੱਥੇ ਟੈਟੂ ਬਣਾਇਆ ਆ। ਮੇਰੀ ਗੱਲ ਸੁਣ ਬਈ, ਇੱਥੇ ਟੈਟੂ ਬਣਾਈਏ, ਇੱਥੇ ਬਣਾਈਏ ਤੇ ਫੈਸ਼ਨ। ਇਹ ਸਾਲੇ ਦੀ ਸ਼ਾਦੀ ਹੋਈ ਤੇ ਆਪਣੀ ਬੁੱਢੀ ਦੇ ਇੱਥੇ ਬਤਕ ਬਣਾ ਕੇ ਤੇ ਆਪ ਕਰਾਚੀ ਚਲਾ ਗਿਆ। ਫੇਰ ਕਹਿੰਦਾ ਮੈਂ ਮਹੀਨੇ ਬਾਅਦ ਆਵਾਂ ਤੇ ਬਤਕ ਇੱਥੇ ਹੀ ਹੋਵੇ। ਫੇਰ ਤੇ 3 ਮਹੀਨੇ ਲੱਗੇ ਦੀ ਬੁੱਢੀ ਪਿੱਛੋਂ ਸਬਜ਼ੀ ਵਾਲੇ ਨਾਲ ਫਸ ਗਈ। ਉਹ 3 ਮਹੀਨੇ ਸੈਟਲ ਲੱਗਾ, ਬਤਕ ਮਿਟ ਗਈ। ਉਧਰੋਂ ਇਹਦਾ ਫੋਨ ਆ ਗਿਆ, ਮੈਂ ਨਾ ਵਾਪਸ ਆਉਣ ਦਿਆਂ। ਉਹਨੇ ਜਲਦੀ 'ਚ ਬਤਕ ਇੱਧਰ ਬਣਾ ਲਈ। ਇਹਨੇ ਪਹਿਲੀ ਰਾਹ ਬੁੱਢੀ ਨੂੰ ਸਿੱਧੀ ਕੀਤਾ, ਕਹਿੰਦਾ ਆਹ ਕੀ ਆ, ਆਹ ਬਤਕ ਕਿੱਧਰ ਆਈ ਆ? ਕਹਿੰਦੇ ਤੁਸੀਂ ਆਪਣਾ ਕੰਮ ਕਰੋ, ਇਹ ਪਾਣੀ ਵਾਲਾ ਜਾਨਵਰ, ਕਦੀ ਇੱਧਰ ਕਦੀ ਇੱਧਰ। ਆਨੇ ਵਾਲੇ ਮਹਿਮਾਨੋਂ ਕੋ ਖੁਸ਼ ਆਮਦੀਦ ਕਹਿਤੇ ਹੈ।
हम आपके इंतजार में रहते हैं। अच्छा? हाँ जी। किया हौसला हौसला सालिए साई वाला बाज पीड़ा ही सारी उम्र क्यों क्या अभी भी जी कितने गए तुसी? ਓਏ ਇੱਕ ਮਿੰਟ ਓਏ ਇਹਦਾ ਪਾਸਾ ਦਵਾ ਓਏ ਮਰ ਜਾਣਾ ਇਹਨੇ ਆਹ ਕਿੱਦਾਂ ਦੇ ਆਤੀ ਹੁੰਦੀ ਬੱਚੇ ਨੂੰ ਸਾਲਿਆ ਤੂੰ ਜੰਮਣਾ ਹੀ ਨਹੀਂ ਸੀ ਐਡਾ ਖਿਜਿਆ ਫਿਰਦਾ ਹੁਣ ਆ ਵੇਖ ਮਾਲਕਣ ਆਈ ਆ ਘਰ ਦੀ ਕੌਣ ਹੈ ਐ ਮਾਲਕਣ ਨੇ ਮੈਨੂੰ ਵੀ ਅੰਦਰੋਂ ਬੁਲਾਉਣਾ ਤੁਹਾਡੀ ਭੈਣ ਦੇ ਮੈਂ ਦਿਨ ਰੱਖਣਾ ਆਇਆ ਇੱਥੇ ਤੁਹਾਡੀ ਪੈਣੀ 'ਚ ਵੜ ਗਿਆ ਸੋਨੀਆ ਵਾਮ ਨੂੰ ਕੁਛ ਨਹੀਂ ਕਹੀਦਾ ਹੁੰਦਾ ਵਾਮ ਐਕਟਰ ਦੀ ਜੱਜ ਹੁੰਦੀ ਆ ਬਿਲਕੁਲ ਸਹੀ ਤੇ ਜੱਜਾਂ ਦਾ ਫੈਸਲਾ ਤੇਰੀ ਵਾਪਸੀ ਹੋ ਜਾਏ ਹਾਂਜੀ ਮੈਡਮ ਹਾਂਜੀ ਇਹ ਜਿਹੜੇ ਤੁਹਾਡੇ ਮਾਮਾ ਜੀ ਨੇ ਨਾ ਇਹ ਜਿੰਨੇ ਸਾਰੀ ਜਾਇਦਾਦ ਆ ਇਹਨੂੰ ਵੀ ਬੰਦੇ ਨੂੰ ਗੇੜਾ ਦਿੱਤਾ ਕਹਿੰਦਾ ਤੈਨੂੰ ਬਾਹਰ ਦੇ ਮੁਲਕ ਭੇਜਾਂਗਾ ਉਹ ਬੀਬੀ ਜੀ ਮੈਂ ਤੇ ਕਹਿੰਦਾ ਸ਼ਾਦੀ ਕਰ ਲਓ ਐਡਾ ਸੋਹਣਾ ਰਿਸ਼ਤਾ ਆਇਆ ਇੱਥੇ ਇੱਕ ਜੰਗਲੀ ਜਿਹਾ ਆਇਆ ਜੀ ਮੈਨੂੰ ਪਸੰਦ ਕਰਾ ਦੇ ਹੈ ਮੈਨੂੰ ਮੇਰੇ ਨਾਲ ਗੱਲ ਕਰਾ ਦੇ ਉਹ ਤੇਰੇ ਨਾਲ ਗੱਲ ਸਾਲਿਆ ਤੇ ਕੋ ਪਹਿਲੀ ਖੋਲ ਨੂੰ ਫਿਰਦਾ ਏ ਅਗਲੇ ਪਹਿਲੀ ਕਿਹੜੀ ਮੇਰੇ ਕੋਲ ਉਹ ਜਿਹੜੀ ਦੂਜੀ ਬੀਵੀ ਬਾਹਰ ਭੇਜਣੀ ਬੇਟਾ ਸਾਡੀ ਖੂਬਸੂਰਤੀ ਵੇਖ ਅੱਛਾ ਕੱਲ ਮੇਰੇ ਤੇ 7 ਕੁੜੀਆਂ ਮਰੀਆਂ ਅੱਛਾ ਮੈਂ ਚੌਂਦ ਵਿੱਚ ਖਲੋਤਾ ਮੇਰੇ ਨਾਲ ਗੌਰ ਨਾਲ ਵੇਖਿਆ ਟਰੱਕ ਥੱਲੇ ਆਣ ਕੇ ਮਰ ਗਈਆਂ ਮੇਰਾ ਤਾਂ ਹੁਸਨ ਹੀ ਬੜਾ ਵਾ ਹਾਏ ਹਾਏ ਮੈਂ ਆ ਚੱਕਾ ਸਿੱਧਾ ਕਰਨ ਦੇ ਯਕੀਨ ਕਰਕੇ ਜਾਣੀ ਸੋਹਣੀ ਕੁੜੀ ਆ ਤੇ ਮਜ਼ੇ ਲੈ ਰਹੇ ਆ ਅਵੇ ਨਾ ਆ ਸੋਹਣੀ ਕੁੜੀ ਵਰਗੀ ਬੀਵੀ ਹੋਵੇ ਨਾ ਤੇ ਬੰਦਾ ਬਾਜ਼ਾਰ ਲੈ ਕੇ ਜਾਵੇ ਜਾਨੂੰ ਕੀ ਲੈਣਾ ਹੈ ਚਨ ਕੇ ਬਰਤਨ ਬੱਚੋ ਕੇ ਖਲੋਣੇ ਔਰ ਕਾਟਨ ਕੇ ਸੂਟ ਇਹ ਗੋਜਰੇ ਜਾ ਕੇ ਵੇਖ ਲਓ ਇਹਦੀ ਬੁੱਢੀ ਦਾ ਮੂੰਹ ਛੜਪੇ ਅਰਗਾਂ ਉਹਦੀ ਬਾਂਹ ਫੜ ਕੇ ਬਾਜ਼ਾਰ ਲੈ ਗਿਆ ਕਹਿੰਦਾ ਮਜੀਦਾ ਕੀ ਲੈਣਾ ਕਹਿੰਦੀ ਲੂਣ ਮਿਰਚਾਂ ਵਾਲਾ ਡੰਡਾ ਲੈ ਦੇ ਯਕੀਨ ਕਰ ਅੱਛਾ ਗੱਲ ਸੁਣਾ ਬੀਬੀ ਜੀ ਅਸਲ ਵਿੱਚ ਗੱਲ ਇਹ ਆ ਕਿ ਰਿਸ਼ਤਾ ਬਹੁਤ ਸੋਹਣਾ ਆਇਆ ਤੁਹਾਡੇ ਦਾ ਠੀਕ ਹੈ ਨਾ ਮੁੰਡੇ ਦੀ ਬੜੀ ਜਾਇਦਾਦ ਆ ਇੱਥੇ ਹੁਣੀ ਗਿਆ ਦਿੱਤੂ ਉਹਦਾ ਨਾਮ ਆ ਜੀ ਜੇ ਨਾ ਮਿਲਿਆ ਤਾਂ ਫਿਰ ਮੈਂ ਤੇ ਆਈ ਆ ਤੁਸੀਂ ਖਾਣਾ ਪੀਣਾ ਖਾ ਲਿਆ ਹੈ ਖਾਣਾ ਪੀਣਾ ਖਾ ਲਿਆ ਤੁਸੀਂ ਉਹ ਤਾਂ ਅਸੀਂ ਸ਼ੋਅ ਤੋਂ ਪਹਿਲੇ ਤਾਂ ਖਾ ਲਿਆ ਔਰਤ ਨੁਕਸਾਨ ਦਿੰਦੀ ਜਿਹੜਾ ਰੂਪ ਚ ਹੋਵੇ ਕੀ ਉਹ ਅੱਬਾ ਜੀ ਕਹਿੰਦੇ ਸੀ ਇੱਕ ਮਿੰਟ ਟਾਂਗੇ ਵਾਲਿਆ ਅੱਬਾ ਜੀ ਕਹਿੰਦੇ ਸੀ ਔਰਤ ਤੇ ਦੌਲਤ ਇਹਦਾ ਜ਼ਿੰਦਗੀ ਚ ਵਸਾ ਨਹੀਂ ਖਾਣਾ ਕਿਉਂ ਕਹਿੰਦੇ ਕਿ ਦਿਲ ਲੈ ਲਿਆ ਸਨਮ ਨੇ ਨਜ਼ਰੇ ਮਿਲਾ ਮਿਲਾ ਕੇ ਉਲਝਾ ਦਿਆ ਜ਼ੁਲਫ ਨੇ ਫੰਦਾ ਬਣਾ ਬਣਾ ਕੇ ਮਈਆ ਜਾ ਮੇਰੀ ਗੁਜ਼ਰੀ ਤੋਂ ਹੰਸ ਕਰ ਬੋਲਾ ਉਹ ਸ਼ਖਸ ਇਹ ਦੇਖੋ ਮਾਰਾ ਹੈ ਮੈਨੇ ਕੈਸੇ ਰੁਲਾ ਰੁਲਾ ਕੇ ਮੇਰਾ ਬੇਟਾ ਆ ਰਿਹਾ ਬਾਹਰ ਦੇ ਮੁਲਕੋਂ ਕਿੱਥੋਂ ਬਾਹਰ ਦੇ ਮੁਲਕੋਂ ਮੇਰਾ ਪੁੱਤਰ ਆ ਰਿਹਾ ਉਹ ਤੇਰਾ ਖਾਨਦਾਨ ਵੀ ਬਾਹਰ ਰਹਿੰਦਾ ਉਹ ਬੜੀ ਤਾਲੀਮ ਹਾਸਲ ਕਰਕੇ ਆ ਰਿਹਾ ਅੱਛਾ ਹੁਣ ਹੁਕਮ ਕਰੋ ਸਾਹਿਬ ਜੀ ਗੱਲ ਇਹ ਆ ਉਹਦੇ ਵਾਸਤੇ ਅੱਛੇ ਅੱਛੇ ਖਾਣੇ ਬਣਾ ਅੱਛਾ ਉਹਦੇ ਵਾਸਤੇ ਬਹੁਤ ਸਦਕਾ ਦੇ ਅੱਛਾ ਉਹਦੇ ਵਾਸਤੇ ਤੇਗਾ ਵੰਡਣੀਆਂ ਤੂੰ ਓਕੇ ਤੁਹਾਡਾ ਬੇਟਾ ਬਾਹਰੋਂ ਆ ਰਿਹਾ ਉਹਦੇ ਵਾਸਤੇ ਖਾਣਾ ਤਿਆਰ ਕਰ ਦੇ ਆ ਜਾਓ
ਥੈਂਕ ਯੂ ਸਾਹਿਵਾਲ, ਆਈ ਲਵ ਯੂ। ਮੈਂ ਤੈਨੂੰ ਇੰਜ ਹੀ ਮਾਰ ਦੇਣਾ, ਮੈਂ ਤੇਰਾ ਨੌਕਰ। ਉਹ ਨਹੀਂ ਨਹੀਂ ਤੂੰ ਆਪਣੇ ਮਜ਼ਹਬ ਦੇ ਹਿਸਾਬ ਨਾਲ ਕਿਹਾ ਕਰ ਗੜੂਮਾ। ਉਧਰੋ ਖਲੋ, ਤੇਰੇ ਨਾਲ ਖਲੋ ਤਾਂ ਮੈਂ ਵੀ ਭੈੜਾ ਲੱਗ ਰਿਹਾ। ਅੱਛਾ ਇਹ ਗੱਲ ਵੀ ਤੇਰੇ ਮੂੰਹੋਂ ਭੈੜੀ ਲੱਗੀ। ਉਹ ਲਾਹੌਰੋਂ ਵੀ ਆਏ ਬੰਦੇ ਜ਼ਾਹਰਾ ਭਾਈ ਜੀ ਕਹਿੰਦਾ ਅੱਖੀਆਂ ਦੀ ਰਖਵਾਲੀ ਰੱਖ ਤੇ ਐਨਕ ਭਾਵੇਂ ਕਾਲੀ ਰੱਖ, ਇੱਕੋ ਯਾਰ ਨਾਲ ਯਾਰੀ ਲਾ ਤੇ ਦੁਸ਼ਮਣ ਭਾਵੇਂ ਚਾਲੀ ਰੱਖ। ਉੱਚਾ ਤੇਰਾ ਨਾਮ ਮੌਲਾ, ਸੱਚਾ ਤੇਰਾ ਨਾਮ, ਉੱਚਾ ਤੇਰਾ ਨਾਮ ਮੌਲਾ, ਸੱਚਾ ਤੇਰਾ ਨਾਮ। ਵਿਰਧ ਘਰਾਂ ਮੈਂ ਬੈਠਾ, ਵਿਰਧ ਘਰਾਂ ਮੈਂ ਬੈਠਾ, ਤੇਰਾ ਸੁਭੋ ਸ਼ਾਮ, ਉੱਚਾ ਤੇਰਾ ਨਾਮ ਮੌਲਾ, ਸੱਚਾ ਤੇਰਾ ਨਾਮ। ਮੈਂ ਕਹਿ ਸਾਹਿਬ ਜੀ ਇਹਦੇ ਵਾਸਤੇ ਖਾਣੇ ਬਣਾਉਣੇ, ਆਹੋ ਇਹ ਮੁੰਡਾ ਤੇਰਾ, ਆਹੋ ਮੈਂ ਮਰ ਗਿਆ, ਬੰਦਾ ਤੈਨੂੰ ਜੁੱਤੀ ਲਾ ਕੇ ਤੇ ਲੰਮੇ ਪਾ ਲੈ। ਉਹ ਕਿਉਂ? ਉਹ ਤੈਨੂੰ ਟਾਈਮ ਵੀ ਪੂਰਾ ਦਿੱਤਾ ਕੀਤਾ ਕਿ ਜਦੋਂ ਮੈਂ ਤੈਨੂੰ ਕਹਿੰਦਾ ਰਿਹਾ ਛੁੱਟੀ ਕਰ ਲਾ, ਤੂੰ ਛੁੱਟੀ ਨਹੀਂ ਕੀਤੀ, ਮੇਰਾ ਬੇੜਾ ਕਰ ਕਰਦਾ। ਬਾਬਾ ਬਚਪਨ ਸੇ ਲੈ ਕੇ ਆਜ ਤੱਕ ਮੈਨੇ ਆਪਕੋ ਕੋਈ ਬਾਤ ਮਨਵਾਈ ਹੋ? ਨਹੀਂ। ਕਭੀ ਆਪਣੀ ਪਾਈ ਹੋ? ਨਹੀਂ। ਇੱਕ ਬਾਤ ਮੰਨ ਲਓ, ਵੋ ਕਿਆ? ਮਰ ਜਾਓ, ਮਰ ਜਾਓ ਪਲੀਜ਼। ਬੇਟੇ ਮੈਂ ਉਸ ਦਿਨ ਮਰ ਗਿਆ ਸੀ ਜਿਸ ਦਿਨ ਤੂੰ ਮੇਰੇ ਘਰ ਜੰਮਿਆ। ਮੈਂ ਤੈਨੂੰ ਖਤ ਪਾਇਆ ਸੀ ਮੈਨੂੰ ਜੰਮ, ਸ਼ੁਕਰ ਕਰ ਤੇਰੇ ਘਰ ਪੈਦਾ ਹੋ ਗਿਆ। ਚੰਗੀ ਭਰੀ ਮੇਰੀ ਫੱਟਾ ਨਾਲ ਗੱਲ ਚੱਲ ਰਹੀ। ਬੇਟੇ ਸੁਣਨਾ, ਤੇਰੇ ਨਾਲ ਸੋਹਣਾ ਥੋੜਾ ਨਿਕਲਦਾ ਫੱਟਾ ਨੂੰ। ਉਹ ਕਿਸੇ ਥੋੜਾ ਲੈਣੀ ਪਿਆ। ਓਏ ਓ ਮੈਂ ਤੇਰਾ ਪਿਓ ਆ, ਸਾਡਾ ਪਿਓ ਤੇ ਪੁੱਤਰ ਨੂੰ ਚਫੇ ਮੈਂ ਚਪੇੜ ਲਾਉਣੀ ਤੇਰਾ ਬੜ ਦਲੇ ਐ ਪਿਓ ਜੀ। ਮੇਰੀ ਮਾਂ ਦੇ ਵੀ ਥੱਲੇ ਲੱਗਾ ਸੀ, ਮੇਰੇ ਵੀ ਥੱਲੇ ਲੱਗਾ।
ਆਪਾਂ ਪਤਾ ਕਰ ਲਾ ਤੇਰਾ ਹੀ ਆ ਮੇਰਾ ਪੁੱਤਰ ਹੈ ਕੌਣ ਹੈ ਕੌਣ ਹੈ ਕੌਣ ਹੈ ਇਹ ਨੌਕਰ ਕਮੀ ਕਮੀਨ ਕੁੱਤਾ ਕਿੱਡਾ ਚਿੱਟਾ ਹੈ ਤੂੰ ਥੈਂਕ ਯੂ ਲੇਕਿਨ ਤੇਰੀ ਜ਼ਬੋਰੋ ਪਿੰਕ ਲੰਘਦੀ ਹੋਏਗੀ ਉਹ ਚੱਲ ਸੱਚੀਆਂ ਗੱਲਾਂ ਇਹ ਨੌਕਰ ਜਿਹੜਾ ਰੱਖਿਆ ਪਾਪਾ ਹਾਂ ਇਹ ਕੇਕ ਹੈ ਨਹੀਂ ਬੇਟਾ ਇਹ ਵਾਛਲ ਹੈ ਵਾਛਲ ਮੈਂ ਜਾਣਨਾ ਤੈਨੂੰ ਓਏ ਓ ਨਾ ਪੁੱਤਰ ਪਾਪਾ 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 ਨੇ ਸ਼ਾਦੀ ਪਾਪਾ ਮੇਰੀ ਸ਼ਾਦੀ ਕਰੋ ਤੇਰੀ ਸ਼ਾਦੀ ਨਹੀਂ ਮੈਂ ਕਰਨੀ ਨਹੀਂ ਕਰਨੀ ਤਾਂ ਮੈਂ ਤੇਰੀ ਮਾਂ ਨਾਲ ਕਰ ਲਾਂ ਹੈ ਓਏ ਮੇਰੀ ਮਾਂ ਹੈ ਤੇਰੀ ਦਾਦੀ ਹੈ ਤੂੰ ਸਾਡੀ ਮਾਂ ਨਾਲ ਨਹੀਂ ਜੀਤੀ ਆਪਣੀ ਮਾਂ ਬਚਾਈ ਦੇਣਾ ਸਾਡੀ ਮਾਂ ਦੇ ਛੋਟੇ ਲਾਈ ਜਾਣਾ ਆਪਣੀ ਮਾਂ ਨੂੰ ਵੀ ਮਾਰਕੀਟ 'ਚ ਲਿਆ ਜਿਹੜਾ ਵੀ ਆਉਂਦਾ ਹਰਾਮ ਦਾ ਆਪਣੀ ਮਾਂ ਦੇ ਪਟੋਟੇ ਸਵਾਰੋ ਤੇ ਸਵਾ ਕੇ ਫਰੈਸ਼ ਕਰ ਮੌਲਵੀ ਸਾਹਿਬ ਆਏ ਨੇ ਅੱਛਾ ਮੈਨੂੰ ਤੇ ਇਦਾਂ ਲੱਗਦਾ ਜਿੱਥੋਂ ਆਇਆ ਨਾ ਹਜੇ ਤੱਕ ਧੂੰਆਂ ਨਿਕਲਣ ਦਿਆ ਉਹ ਕਿਸੇ ਤਰਸੀ ਦਾਈ ਦੇ ਬੱਚਿਆ ਅਬੇ ਕੂਤੇ ਕੇ ਬਾਕੇ ਪਾਣੀ ਲੈ ਕੇ ਆਉਂਦੇ ਖਾਣਾ ਬਣਾ ਤਾ ਰਿਆ ਤੇ ਓਏ ਮੇਰੀ ਗੱਲ ਸੁਣ ਲੈ ਪੁੱਤ ਭਾਜੀ ਬਾਚੇ ਓਏ ਤੇ ਕੀ ਖਾਣਾ ਜੋ ਮਰਜ਼ੀ ਲੈ ਆਓ ਗੋਏ ਤੇ ਖੰਡ ਪਾ ਲਿਆ ਅੱਲਾ ਤੇਰੀ ਖੈਰ ਓਏ ਔਰਤਾਂ ਰੈਂਟ ਤੇ ਦੇਣ ਵਾਲਿਆ ਪਾਪਾ ਉਹ ਸਾਲਿਆ ਮੇਰੀ ਤਾਂ ਸੁਣ ਲਾ ਸਾਲਾ ਸਾਲਾ ਨਹੀਂ 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 ਮੈਨੂੰ ਫੜਵਾ ਮਾਰ ਮੈਨੂੰ ਮਾਰ ਮੈਨੂੰ ਤੈਨੂੰ ਮਾਰਨੇ ਚਾਹੀਦਾ ਨਿੱਕਾ ਜਿਹਾ ਤੇਰੀ ਮਾਂ ਮਰ ਗਈ ਅੱਛਾ ਤੇ ਤੇਰੇ ਮੰਮਾ ਤੇ ਪਿਓ ਦਾ ਇਕੱਠਾ ਪਿਆਰ ਦਿੱਤਾ ਅੱਜ ਮੈਨੂੰ ਮਾਰਨ ਦੀ ਸਲਾਹ ਕਰ ਰਹੇ ਪਰ ਤੇਰੀ ਕਿੱਥੇ ਗੈਰਤ ਮਰ ਗਈ ਕਿੱਥੇ ਮਰ ਗਈ ਮੇਰੇ ਪਾਪਾ ਮਾਫ ਕਰ ਦੋ ਮੈਂ ਭੁੱਲ ਗਿਆ ਸੀ ਦੌਲਤ ਨੇ ਮੇਰੀ ਪਾਗਲ ਕਰ ਦਿਆ ਮੈਨੂੰ ਮੈਂ ਆਪਕੋ ਮਾਰੂੰਗਾ ਨਹੀਂ ਹਾਂ ਜੂਤੀਆਂ ਮਾਰੂੰਗਾ ਚਲੋ ਅੰਦਰ ਲੜਕੀ ਭੇਜੋ ਮੈਂ ਮੈਨੂੰ ਕਹਿ ਰਿਹਾ ਲੜਕੀ ਭੇਜ ਤੇ ਭੇਜਦਾ ਨਹੀਂ ਰਿਹਾ ਆ ਬੋਰਡ ਗੇਟ ਬੋਰਡ ਚਾਹੋ ਹਾਂ ਮੇਰਾ ਜ਼ਬੋਰਿਆਂ ਦਾ ਕੰਮ ਨਹੀਂ ਉੱਥੇ ਤੂੰ ਜ਼ਬੀਟੀਆਂ ਦੇਣਾ ਜ਼ਬੋਰੇ ਦੇਣਾ ਪਟਾਟੋ ਦੇਣਾ ਉਹ ਸਾਰਿਆ ਇਹਦੇ ਨਾਲ ਤਰਜਮਾ ਕਰਕੇ ਵੀ ਦੱਸ ਕੀ ਗਿਆ ਇਹ ਜਦੋਂ ਕੁੱਕੜੀ ਆਏਗੀ ਉਦੋਂ ਕਰਾਂਗਾ ਨਿਕਲ ਬਾਹਰ ਚਲ ਉਹ ਚਲ ਬਾਹਰ ਕਿਸੇ ਥੈਲੀ ਦੀਆਂ ਬੱਚਿਆ ਉਹ ਲੜਕੀ ਭੇਜ ਲਾ ਉਹ ਕਿੱਥੇ ਜਾ ਬਹੁਤ ਸ਼ੁਕਰੀਆ ਥੈਂਕ ਯੂ ਸੋ ਮਚ ਥੈਂਕ ਯੂ ਇਸ ਘਰ ਵਿੱਚ ਕੋਈ ਸਾਇਆ ਨਹੀਂ ਇਹ ਟੈਂਡ ਦਾ ਬੱਚਾ ਕਿੱਥੋਂ ਆਇਆ ਇਹ ਤੁਹਾਡੀਆਂ ਐਕਸਟਰਾ ਸਵਾਰੀਆਂ ਲੈਣਾ ਓਏ ਮੈਨੂੰ ਇੰਜ ਇੰਜ ਨਹੀਂ ਕਰਨਾ ਹੈ ਮੈਂ ਤੇਰਾ ਦਬਾਕੂ ਪੜ ਦੇਣਾ ਕਿਸੇ ਔਂਤਰੀ ਮਾਂ ਦੇ ਬੱਚਿਆ ਪਰ ਤੂੰ ਮੈਨੂੰ ਈਜ਼ੀ ਨਹੀਂ ਲੈਣਾ ਹੈ ਕਲਾਬਾਜ਼ੀ ਲਾ ਕੇ ਖੀਰਾ ਪੁੱਟਣ ਵਾਲੀ ਮਾਂ ਦੇ ਬੱਚਿਆ ਸਾਰੇ ਜਿਹੜਾ ਨਾਲ ਨਾਲ ਕੇ ਦੀ ਭੈਣ ਟੰਗਾਂਗੇ ਅਸੀਂ ਹਾਂ ਇਹ ਤੋਂ ਵੀਰ ਮਾਨ ਨਾ ਬੈ ਨਹੀਂ ਲੰਮੇ ਬਤਾਉ ਬੰਦ ਕਰਾਉਣ ਵਾਲੀਏ ਗੱਲ ਸੁਣੋ ਯਾਰ ਹਾਂ ਹਾਂ ਚੱਲ ਚੱਲ ਤੂੰ ਵੀ ਚੁੱਪ ਕਰ ਸਪੀਕਰ ਕੋਠੇ ਤੇ ਰੱਖ ਕੇ ਉੱਚੀ ਆਵਾਜ਼ ਕਰਕੇ ਹਾਏ ਇਸ ਤਰ੍ਹਾਂ ਦੀ ਗੰਦੀ ਮਾਂ ਦੇ ਵਜਿਆ ਨਹੀਂ ਤੂੰ ਵੀ ਚੁੱਪ ਕਰ ਮੀ ਆਵਾਜ਼ ਬੰਦ ਕਰਕੇ ਇਸ ਸਟੈਪ ਕਰਨ ਵਾਲੀ ਮਾਂ ਦੇ ਵਿੱਚ
ਬੱਚੇ ਜੰਮਣ ਵਾਲੀ ਮਾਂ ਦੇ ਬੱਚਿਆ ਉਹ ਬੇਮਾਸ ਦੇ ਬੱਚੇ ਜੰਮਣ ਵਾਲੀ ਮਾਂ ਦੇ ਬੱਚਿਆ ਉਹ ਚੁੰਮੀਆਂ ਦੇ ਕੇ ਸਾਈਕਲ ਕਿਰਾਏ ਤੇ ਲੈਣ ਆਏ ਉਹ ਪੈਰ ਦੇ ਮੋੜੋ ਆ ਕੇ ਪੈਸੇ ਵੀ ਨਾ ਲੈ ਜਾਕੇ 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 ਤੇਰੀ ਨਾ ਭੈਣ ਨਹੀਂ ਤੂੰ ਵੀ ਚੁੱਪ ਕਰਨੀ ਕਿਸੇ ਸੈਕਸੀ ਮਾਂ ਦੀ ਬੱਚੀ ਬੇਰੋਜ਼ਗਾਰੀ ਚੀਜ਼ ਕੀ ਹੁੰਦੀ ਆ ਆਪਣੀ ਤੇਰੇ ਸਬੋਰੇ ਵੀ ਚੰਗੇ ਆ ਤੇਰੀ ਪਟੋਟੋ ਵੀ ਸਵੀਟੀ ਵੀ ਰੰਗ ਲੈ ਰਿਹਾ ਪਾਣੀ ਚੋ ਏਦਾਂ ਆਇਆ ਇਹਦੇ ਸਾਹਮਣੇ ਸੱਪ ਆਇਆ ਉਹ ਸੱਪ ਇਹਨੂੰ ਵੇਖ ਕੇ ਕਹਿੰਦਾ ਉਹੀ ਸੱਪ ਬਬਲੂ ਨੂੰ ਕਰੈਪ ਕਰਦੇ ਹੋ ਬਹੁਤ ਅੱਛਾ ਕਰੈਪ ਯਾਰ ਨਹੀਂ ਯਾਰ ਤੁਸੀਂ ਇਹਨੂੰ ਦੇਖ ਰਹੇ ਹੋ ਖੁਸ਼ਕਿਸਮਤ ਹੋ ਹਾਂ ਇਹਦੀ ਮਾਂ ਇਹਨੂੰ ਜ਼ਾਇਆ ਕਰਾਉਣ ਲੱਗੀ ਸੀ ਏਡਾ ਬਗੈਰਤ ਆਦਮੀ ਹੈ ਜਾਨ ਜੀ ਏਡਾ ਬਗੈਰਤ ਆਦਮੀ ਹੈ ਹਾਂ ਜੀ ਤੇਰੀ ਪਟੋਟੋ ਤੇ ਦੰਦੀ ਵੱਢ ਦੇਣੀ ਯਕੀਨ ਕਰ ਏਡਾ ਖਤਰਨਾਕ ਬੰਦਾ ਵਾ ਏਡਾ ਖਤਰਨਾਕ ਬੰਦਾ ਜੁਮੇ ਵਾਲੇ ਦਿਨ ਸ਼ੇਵ ਕਰਾਉਂਦੇ ਆ ਉਹ ਨਾਈ ਨੇ ਸ਼ੇਵ ਸ਼ੂਵ ਕਰਕੇ ਪਾਊਡਰ ਲਾ ਕੇ ਨਾ ਇਹਦੀਆਂ ਗੱਲਾਂ ਤੇ ਇੰਜ ਕੀਤਾ ਤੇ ਅੱਗ ਪੈ ਗਈ ਓਏ ਨੌਕਰ ਓਏ ਮੈਡਮ ਆਈ ਹੈ ਹਾਂਜੀ ਕੋਈ ਖਾਲੀ ਬੋਤਲ ਲੈ ਕੇ ਆ ਖਾਲੀ ਕੀ ਕਰਨੀ ਹੈ ਉਹਦੇ ਵਿੱਚ ਬਾਹਰੋਂ ਪਾਣੀ ਪਵਾ ਲਾਂਗੇ ਨਾ ਮੇਰੇ ਨਾਲ ਬਕਵਾਸ ਨਾ ਕਰੀ
ਗਲਾ ਮੇਰਾ ਬਹਿ ਗਿਆ ਕੁੱਤੇ ਇਧਰ ਵੇਖੋ ਗਲਾ ਤੇ ਠੀਕ ਆ ਆਪਣੇ ਆਪਣੇ ਪੱਟ ਪੜਾਈ ਜਾਂਦੀਆਂ ਸਾਡੇ ਮਕਾਈ ਜਾਂਦੀਆਂ ਉੱਥੇ ਤੇਰੀ ਗੱਲ ਅੱਛਾ ਨਹੀਂ ਓਏ ਅੱਤੇ ਬਹਿ ਗਿਆ ਖੈਰ ਜੀ ਖੈਰ ਅੱਤੇ ਬਹਿ ਗਿਆ ਅੱਤੇ ਤੇਰੀ ਜੰਨਤ ਹੀ ਜੰਨਤ ਜੰਨਤ ਮੇ ਤੋ ਹਮ ਪਹੁੰਚ ਚੁੱਕੇ ਹੈ ਨਾਰੀ ਹਾਂ ਅਬ ਹਮੇ ਦਿਖਾਓ ਦੋਜ਼ਖ ਕੀ ਬਾਰੀ ਓਕੇ ਐਡਾ ਚਲੋ ਨੌਕਰ ਹਾਂ ਜੀ ਤੁਮ ਚਾਹ ਲੈ ਕੇ ਆਓ ਇੱਥੇ ਕਿਸੇ ਦੀ ਨਹੀਂ ਰੋਦਾ ਮੈਂ ਤੇ ਕਾਲਾ ਤੇਰੀ ਤਾਂ ਬਹਿਣ ਹੀ ਨਿਕਲੀ ਪਈ ਹੈ ਤੂੰ ਤਾਂ ਬਿਲਕੁਲ ਕਾਲਾ ਇਸ ਘਰ ਦਾ ਮਾਲਕ ਕੌਣ ਮੇਨ ਕੰਜਰ ਕਿਹੜਾ ਬੜੀ ਗੱਲ ਕੀ ਕਰਦੀ ਹੱਥ ਛੱਡ ਕੇ ਸ਼ਵਾਰਮਾ ਚੂਪਦੀ ਅੱਛਾ ਗੱਲ ਸੁਣੋ ਕੋਈ ਐਸੀ ਗੱਲ ਕਰੋ ਜਿਹਦੇ ਦੇ ਨਾਲ ਵਾਸ਼ਰੂਮ ਨਾ ਜਾਣਾ ਪਵੇ ਤੁਹਾਡੇ ਇਹਦਾ ਮਸਲਾ ਕਿ ਅਸਲ ਦੇ ਵਿੱਚ ਨਾ ਜੀ ਮੇਰਾ ਮਸਲਾ ਚਾਚਾ ਹੋਰੀ ਚਾਚਾ ਜੀ ਪੂਰਾ ਬੈਣ ਪੇਸ਼ ਕਰੋ ਅੱਛਾ ਗੱਲ ਹੈ ਮੈਂ ਆਇਆ ਜੀ ਚੌਠ ਚੱਕ ਚੋਂ ਅੱਛਾ ਅੱਛਾ ਮੈਂ ਸੁਣਿਆ ਤੁਸੀਂ ਇੱਥੇ ਬੰਦਿਆਂ ਨੂੰ ਬਾਹਰ ਭੇਜ ਰਹੇ ਹੋ ਮੈਨੂੰ ਅੰਦਰ ਭੇਜੋ ਤੁਹਾਡੀ ਬੜੀ ਮਿਹਰਬਾਨੀ ਮੈਂ ਪਤਾ ਮੇਰਾ ਮਸਲਾ ਬੜਾ ਖਰਾਬ ਹੋ ਗਿਆ ਬੜਾ ਟੈਨਸ਼ਨ ਚਾ ਮੈਨੂੰ ਛੇਤੀ ਅੰਦਰ ਬਾਈ ਜੀ ਬੱਤੀ ਨਹੀਂ ਆਇਆ ਨਹੀਂ ਨਹੀਂ ਅੰਦਰ ਨਾ ਜਾਣਾ ਪਾਣੀ ਨਹੀਂ ਆ ਰਿਹਾ ਤੇ ਬੱਚੀਆਂ ਵੇਖਣ ਵਾਲੀ ਹਾਏ ਮੈਂ ਤੇਰੇ ਤੁੱਕੇ ਦਾ ਉਹਨੂੰ ਅੰਦਰ ਭੇਜ ਬਾਹਰ ਦੇ ਮੁਲਕ ਸੁਣਿਆ ਤੁਸੀਂ ਭੇਜ ਰਹੇ ਹੋ ਭੇਜੀਦੇ ਬੰਦੇ ਮੇਰੀ ਮਜਬੂਰੀ ਹੈ ਜੀ ਮੈਂ ਬਾਹਰ ਜਾਣਾ ਕਿਉਂ ਵਜ੍ਹਾ ਮੇਰੇ ਤੇ ਜੀ ਪਰਚਾ ਹੋ ਗਿਆ ਜੀ ਹਾਏ ਕਾਹਦਾ ਕਤਲ ਦਾ ਜੀ ਕਤਲ ਕੀਦਾ ਤੁਸੀਂ ਕਿਦਾਂ ਜੀ ਮੈਂ ਬੱਤੂ ਖੋਤੀ ਮਾਰ ਬੈਠਾ ਹਾਂ ਦੇਖੋ ਮੈਂ ਤੁਹਾਨੂੰ ਜਿਹੜੀ ਗੱਲ ਕਰ ਰਿਹਾ ਜੀ ਮੇਰਾ ਤੁਹਾਡਾ ਇੰਤਜ਼ਾਰ ਕਰ ਰਹੀ ਸਾਂ ਅੱਛਾ ਜੀ ਮੇਰੇ ਦਿਲ ਮੇ ਆਜ ਕਿਆ ਹੈ ਤੂੰ ਕਹੇ ਤੋ ਮੈਂ ਬਤਾ ਦੂੰ ਕਹਿ ਬਤਾ ਦੋ ਬਤਾ ਦੋ ਮੈਨੂੰ
ਕਿਹੜੀਆਂ ਪੜਾਈਆਂ ਨੇ ਗੈਪ ਕਰ ਦੇ ਓਏ ਇੱਕ ਮਿੰਟ ਗੈਪ ਕਰ ਦੇਣੀ ਅੱਧਾ ਤਾਂ ਲੈਣਾ ਜਾਈਆ ਮੇਰੇ ਕੋਲੇ ਕੋਰ ਉਹ ਦੇ ਦਿਆ ਕੀ ਪ੍ਰੋਗਰਾਮ ਅੱਧਾ ਤਾਂ ਦਾਣ ਲੈਣੀ ਤੂੰ ਯਾਰ ਗੱਲ ਹੀ ਨਹੀਂ ਸੁਣਦਾ ਯਾਰ ਕਹਿ ਸੋ ਤੁਸੀਂ ਖੱਤੀ ਮਾਰ ਦੇ ਬੜਾ ਹੀ ਬੜਾ ਇਹਨੂੰ ਮੈਂ ਨਾ ਇੰਜ ਨਹੀਂ ਮਾਰਨਾ ਇਹਨੂੰ ਮੈਂ ਇੰਜ ਮਾਰਨਾ ਲਾਂਗੀ ਕਿਆ ਮਾਰ ਜਾ ਤੇਰੇ ਇੰਜ ਨਾ ਮਾਰੀ ਹਾਂ ਸਵਾਦ ਆਏਗਾ ਓ ਅਸੀਂ ਸ਼ਰੀਫ ਲੋਗਾ ਕੌਣ ਸ਼ਰੀਫ ਅਸੀਂ ਸ਼ਰੀਫ ਲੋਗਾ ਬੇਟਾ ਬਹੁਤ ਅੱਛਾ ਤੂੰ ਸ਼ਰੀਫ ਹੈ ਹਾਂ ਓਏ ਅੱਠ ਔਰਤਾਂ ਇੱਥੇ ਨਚਾਤੀਆਂ ਨਹੀਂ 35 ਮਿੰਟਾਂ 'ਚ ਤੂੰ ਸ਼ਰੀਫ ਹੈ ਆ ਤੇਰਾ ਕੋਰ ਫਿਟੇ ਮੂਹ ਆ ਤੇਰਾ ਕੋਰ ਮੇ ਲਾਵੇ ਇਹ ਸ਼ਰੀਫ ਹੀ ਤੇ ਅਜੇ ਮੈਂ ਮਨਾ ਕੀਤਾ ਕਿ ਬਸ ਕਰਦੇ ਹੁਣ ਅਜੇ ਲਿਆਈ ਜਾ ਰਿਹਾ ਸੀ ਲਿਆਈ ਜਾ ਰਿਹਾ ਸੀ ਪਤਾ ਨਹੀਂ ਕਿੱਥੋਂ ਲੈ ਕੇ ਆ ਰਹੇ ਤੁਸੀਂ ਦਫਾ ਕਰਾਓ ਇੰਨਾ ਗੱਲ ਵੀ ਚੱਕ ਸਮੇਤ ਖੀਰਾ ਖਾਣ ਵਾਲੀ ਇਹ ਬਾਗ ਆ ਰਿਹਾ ਚਿੱਟਾ ਚੋਲਾ ਸੀ ਵੇਲਰੀ ਜੀ ਆ ਜਾਓ ਇਹ ਵੀ ਕੰਜਰ ਹੀ ਜੇ ਕੀ ਪ੍ਰੋਗਰਾਮ ਹੈ ਕੋਈ ਖਰਚਾ ਪਾਣੀ ਆਈ ਤੇ ਕਰ ਲਈਏ ਜੇ ਕਿ ਖੁਸ਼ ਰਹੀ ਠੀਕ ਮੈਂ ਚਾਹਨੀ ਆ ਖੁਸਰਾ ਠੀਕ ਹੈ ਛੋਟੇ ਬਿਰਾ ਦੀ ਬੜੀ ਫਿਕਰ ਹੈ ਤੈਨੂੰ ਹੈ ਆਦਾ ਬਾਹਰ ਪੈਸੇ ਨਾ ਜਾਣ ਘਰ ਦੇ ਘਰ ਹੀ ਰਹਿਣ ਮੈਨੂੰ ਨਾ ਮੈਂ ਤੁਹਾਡੇ ਨਾਲ ਵਿਆਹ ਕਰਾਂਗੀ ਮੈਨੂੰ 12 ਤੋਲੇ ਦਾ ਸੈੱਟ ਚਾਹੀਦਾ ਸੁਣ ਸੁਣ ਕੇ ਮਜ਼ਾ ਲੈ ਲੈ ਕੇ ਪਤਾ ਕੀ ਰੋਲਾ ਕੋਈ ਨਹੀਂ ਇੰਜੋਏ ਕਰ ਰਹੇ ਨੇ ਬਿਰਾ ਨੇ ਮੇਰੇ ਹਾਂ ਕੋਈ ਗੱਲ ਨਹੀਂ ਬਿਸਮਿਲਲਾ ਹਾਂਜੀ ਤੇਰੇ ਤਾਂ ਖਸਮ ਨੇ ਨਾ ਮੇਰੇ ਕਾਹਦੇ ਖਸਮ ਨੇ ਵਿਆਹ ਕਰਨਾ ਤੇ ਮੇਰੀਆਂ ਕੁਝ ਸ਼ਰਤਾਂ ਨੇ ਠੀਕ ਹੈ ਮੇਰੀਆਂ ਵੀ ਨੇ ਪਹਿਲੇ ਆਪਣੀਆਂ ਦੱਸ ਕਿਉਂ ਬਈ ਤੂੰ ਮੇਰਾ ਬਿਰਾ ਹੈ ਮੇਰੀ ਇਹਦੇ ਨਾਲ ਰਿਸ਼ਤੇ ਦੀ ਗੱਲ ਕਰ ਠੀਕ ਹੈ ਠੀਕ ਹੈ ਤੇਰਾ ਨਿਕਾਹ ਪੜਾ ਦੇਣਾ ਹੱਥ ਪਾ ਨਹੀਂ ਪਹਿਲਾਂ ਰਿਸ਼ਤੇ ਦੀ ਗੱਲ ਦੀ ਪਹਿਲੇ ਨਿਕਾਹ ਪੜਾ ਦੇ ਪਾਗਲ ਉਹਨੂੰ ਕਹਿ ਸਾਨੂੰ ਜਹੇਜ਼ ਨਹੀਂ ਚਾਹੀਦਾ ਜਹੇਜ਼ ਇੱਕ ਲਾਹਨਤ ਹੈ ਤੇ ਉਹ ਸਾਡੇ ਮੂੰਹ ਤੇ ਬਹੁਤ ਹੈ ਜੀ ਉਹਨੂੰ ਕਹਿ ਸਾਨੂੰ ਜਹੇਜ਼ ਜਹੇਜ਼ ਦਾ ਰੋਲਾ ਹੀ ਨਹੀਂ ਯਾਰ ਜਹੇਜ਼ ਆਪਾਂ ਕੀ ਜਹੇਜ਼ ਆਪਾਂ ਕੀ ਕਰਨਾ ਚਲੋ ਇਸ ਲੜਕੇ ਸੇ ਤੁਹਾਰਾ ਡੁੱਚ ਕੜੋਚੋ ਨਾ ਠੀਕ ਹੈ ਕਰਾਂਗੇ ਸ਼ਾਦੀ ਕਰੋਗੀ ਹਾਂ ਮੈਂ ਕਰਾਂਗੀ ਆਪਕੀ ਰਿਕੁਆਇਰਮੈਂਟ ਰਿਕੁਆਇਰਮੈਂਟ ਕੋਈ ਨਹੀਂ ਬਸ ਮੇਰਾ ਫਸਟ ਚਾਇਸ ਹੈ ਅੱਛਾ ਤੇ ਕੋਈ ਬੰਦ ਰੋਟ ਹੋ ਜਾਵੇ ਤਾਂ ਮਾਫੀ ਚਾਹਨਾ ਮੈਂ ਇਹ ਮੈਂ ਕਹਿਣਾ ਯਾਨੀ ਕਿ ਤੂੰ ਭਰਾਵਾਂ ਨੂੰ ਦੱਸ ਰਿਹਾ ਕਿ ਜ਼ਿੰਦਗੀ 'ਚ ਕਦੀ ਤੂੰ ਪਟੋਟੋ ਨੂੰ ਹੱਥ ਨਹੀਂ ਲਾਇਆ ਮੈਂ ਕਹਿੰਦਾ ਮੈਂ ਛਟੋਟੋ ਨੂੰ ਨਹੀਂ ਲਾਇਆ ਤੂੰ ਪਟੋਟੋ ਦੀ ਗੱਲ ਕਰ ਮੇਰੀ ਕੋਈ ਸ਼ਰਤ ਹੈਗੀ ਸ਼ਾਦੀ ਕਰਕੇ ਸਾਨੂੰ ਬਾਹਰ ਭੇਜ ਦਿਓ ਤਾਂ ਕਿ ਇੱਥੇ ਮਸਲਾ ਕੋਪੀ ਵੀ ਬੜੀ ਸੋਹਣੀ ਸੀ ਤੇ ਬੜੇ ਉਹਦੇ ਮਾਲਕ ਬੜੇ ਸਖਤ ਸਨ ਫਿਰ ਉਹ ਕਾਕਾ ਕਿਹੜੇ ਮੁਲਕ ਜਾਣਾ ਤੂੰ ਦੱਸ ਮੈਨੂੰ ਮੈਨੂੰ ਜੀ ਭੇਜ ਦਿਓ ਤੁਸੀਂ ਇੱਕ ਆਪਣਾ ਕਰਾਚੀ ਯਾਰ ਬਾਹਰ ਦਾ ਮੁਲਕ ਉਹ ਬਾਹਰ ਦਾ ਮੁਲਕ ਕਿਹੜੇ ਜਾਣਾ ਜਿਹੜਾ ਵੀ ਭੇਜ ਦਿਓ ਮੈਂ ਪਹਿਲੀ ਵਾਰੀ ਗਿਆ ਜੀ ਜਿਹੜਾ ਵਾਲੇ ਭੇਜ ਦਿਓ ਜੀ ਜਿਹੜਾ ਵਾਲੇ ਭੇਜ ਦਿਓ ਬਹੁਤ ਦੂਰ ਹੈਗਾ ਕਿੱਥੇ ਜਾਣਾ ਚਾਹਨੀ ਐ ਮਸਕੁਰਾਦ ਨੂੰ ਮੈਂ ਲੰਡਨ ਜਾਣਾ ਚਾਹਨੀ ਆ ਸਾਨੂੰ ਜੀ ਲੰਡਨ ਭੇਜ ਦਿਓ ਜੀ ਲੰਡਨ ਭੇਜ ਦਈਏ ਭੇਜ ਦਿਓ ਤੇ ਤੈਨੂੰ ਲੰਡਨ ਇੱਥੇ ਦਿਖਾ ਦਈਏ ਮੇਰੀ ਗੱਲ ਸੁਣ ਅਸੀਂ ਤੇਰੇ ਘਰ ਨਹੀਂ ਜਾਣਾ ਚਾਹੁੰਦੇ ਤੂੰ ਸਾਨੂੰ ਬਾਹਰ ਭੇਜ ਤੂੰ ਪੈਸੇ ਦੱਸ ਯਾਰ ਪੈਸੇ ਦੀ ਤੇ ਬਾਹਰ ਜਾਣਾ ਚਾਹਨਾ ਆ ਚੱਲ ਬਾਹਰ ਚੱਲ ਓਏ ਨਹੀਂ ਯਾਰ ਭਾਈ ਜੀ ਮੈਂ ਬਾਹਰ ਦੂਸਰੇ ਮੁਲਕ ਕੇ ਜਾਣਾ ਉਹਨੂੰ ਦੱਸੋ ਮੇਰੀਆਂ ਵੀ ਸ਼ਰਤਾਂ ਨੇ ਉਸ ਲੜਕੀ ਕੀ ਵੀ ਕੁਝ ਸ਼ਰਤੇ ਹੈ ਹੁਕਮ ਕਰੋ ਅੱਲਾ ਦੀ ਰਹਿਮਤ ਨਾਲ ਪੂਰੀ ਕਰ ਸਕੇ ਤਾਂ ਠੀਕ ਹੈ ਨਹੀਂ ਤਾਂ ਬੰਦਾ ਲੈ ਆਵਾਂਗੇ ਨਹੀਂ ਨਹੀਂ ਭਾਈ ਬੰਦਿਆਂ ਦੀ ਥੋੜ ਨਹੀਂ ਹੈ ਇੱਥੇ ਦੱਸੋ ਨਹੀਂ ਨਹੀਂ ਦਰਅਸਲ ਨਾ ਇਹਨਾਂ ਨੂੰ ਇੱਕ ਮਿੰਟ ਇਹ ਪਿੱਛੇ ਤਵੀਰ ਪਾਇਨ ਅੱਛਾ ਫਰੂਟ ਕਵਰ ਹਾਂ ਇਹ ਮੈਂ ਗਿਆ ਇਹ ਕਿੱਥੇ ਜਾਣਾ ਜਨਾਬ ਆਪਣਾ ਬਾਈ ਜੀ ਹਾਂ ਤੁਸੀਂ ਯਾ ਤੇ ਪਰਲੇ ਪਾਸੇ ਹੋ ਜਾਓ ਤੇ ਯਾ ਇਸ ਪਾਸੇ ਮੇਰੇ ਕੋਲੋਂ ਘੱਟ ਬੋ ਆ ਰਹੀ ਤੂੰ ਤੁਸੀਂ ਵੀ ਖੜੋ ਗਏ ਹੋਏ ਤੇ ਥੋੜਾ ਜਿਹਾ ਪਰੇੜੇ ਹੋ ਕੇ ਖੜੋ ਯਾਰ ਪਰੇੜੇ ਵੀ ਆ ਬੱਚਿਆ ਮੈਂ ਤੇਰੇ ਇੰਨੀ ਹੱਬਸ ਮੈਂ ਬਰਦਾਸ਼ਤ ਨਹੀਂ ਕਰ ਸਕਦਾ ਓਏ ਪਰਫਿਊਮ ਲਾ ਕੇ ਆ ਪਰਫਿਊਮ ਮੈਂ ਬਾਹਰ ਦਾ ਲਾਇਆ ਤੇ ਅੰਦਰ ਕਰਕੇ ਲਾ ਨਾ ਮਰੇ
ਬੜੀ ਕੋਟੜ ਨੂੰ ਅੰਦਰ ਬਾਹਰ ਦਾ ਪਤਾ ਇਹ ਅੰਦਰ ਕਿਸ ਤਰ੍ਹਾਂ ਲੱਗਦਾ ਮੈਂ ਤੈਨੂੰ ਦੱਸਾਂ ਆ ਚੱਲ ਪਹਿਲੇ ਉਂਗਲੀ ਤੇ ਲਾਉਣਾ ਪੈਂਦਾ ਉਂਗਲੀ ਤੇ ਉਦੋਂ ਦੱਸ ਮੈਨੂੰ ਵਿਆਹ ਦੀ ਗੱਲ ਕਰਾ ਦੇ ਉਹ ਸਾਲਿਆ ਸ਼ੁਕਰ ਕਰੋ ਡਰਾਮੇ 'ਚ ਕੰਮ ਕਰਦੇ ਲੈ 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 ਸ਼ੁਕਰ ਕਰੋ ਡਰਾਮੇ 'ਚ ਕੰਮ ਕਰਦੇ ਸ਼ੁਕਰ ਕਰੋ ਡਰਾਮੇ 'ਚ ਕੰਮ ਕਰਦੇ ਸ਼ੁਕਰ ਹੈ ਸ਼ੁਕਰ ਹੈ ਸ਼ੁਕਰ ਹੈ ਸ਼ੁਕਰ ਹੈ ਯਾਦ ਲੱਗ ਰਹੀ ਸ਼ੁਕਰ ਹੈ ਸ਼ੁਕਰ ਹੈ ਸ਼ੁਕਰ ਹੈ ਸ਼ੁਕਰ ਹੈ ਮੈਂ ਦੋ ਦਿਨ ਵਾਰੇ ਘਰੋਂ ਨੱਸੀ ਸਾਂ ਅੱਛਾ ਤਾਂ ਫਿਰ ਰਹਿਣ ਦਿਓ ਨਿਕਾਹ ਵੀ ਰਹਿਣ ਦਿਓ ਅੱਲਾ ਬਖਸ਼ਾ ਨਾਲ ਆ ਕੇ ਆ ਆਪਾਂ ਸ਼ੁਰੂ ਟਾਕੀ ਹੋਰ ਪਾਸੇ ਮੇਰਾ ਸਬੂਟਾ ਵੀ ਕਾਲਾ ਲੱਗਦਾ ਨਾਲ ਮੇਰਾ ਸਵੀਟਾ ਵੀ ਫੁੱਲ ਬਲੈਕ ਯਕੀਨ ਦਾ ਮੈਨੂੰ ਤੇਰੀ ਜਨਮ ਦੱਸਿਆ ਤੇਰੀ ਫੈਮਿਲੀ ਨੇ ਦੱਸਿਆ ਬਗੈਰਤ ਆ ਇਹਦਾ ਪੂਰਾ ਜ਼ਬੋਰਾ ਪਟੋਟੋ ਜ਼ਬੀਟੀ ਸਭ ਕੁਝ ਕਾਲਾ ਨਹੀਂ ਤੋ ਦੇਖਣਾ ਲੈ ਲਾ ਕਹਦਾ ਲੈ ਲਾ ਐ ਵੇਖਦਾ ਚੋਰੀ ਯਾਰ ਮੈਂ ਥੋੜਾ ਜਿਹਾ 70 ਨਾਲ ਵੀ ਗੱਲ ਜੀ ਹਲੋ ਯਾਰ ਸਾਰੇ ਜਰਾ ਰਲ ਕੇ 70 ਪਾਪਾ ਜਗਾ ਭਲਾ ਸੁਖੀ ਖਲੋਤਾ ਦੀ ਉਹਦੀ ਭੈਣ ਕੱਢਤੀ ਹਲੋ ਜੀ ਜੀ ਰਾਏ ਮੁਹੰਮਦ ਨਵਾਜ਼ ਸਾਹਿਬ ਜੀ ਜੀ ਆ ਬਾਜੀ ਕੰਜਰ ਸੱਤੇ ਜੀ ਮੈਂ ਇੱਥੇ ਚਲੋ ਪਾਪਾ ਬੰਦ ਕਰੋ ਰਾਏ ਮੁਹੰਮਦ ਕੌਣ ਰਾਏ ਨਵਾਜ਼ ਸਾਹਿਬ ਨੇ ਤੇ ਕੀ ਉਹਨਾਂ ਨੂੰ ਕੀ ਓਏ ਇੱਥੇ ਕੰਜਰ ਸੱਤੇ ਆ ਮੈਂ ਤੇ ਬਗੈਰਤਾ ਜਿਹੜੇ ਨੇ ਸੱਦੇ ਨੇ ਉਹਨੂੰ ਦੇ ਗੱਲ ਕਰ ਸਾਹਿਬ ਨਾਲ ਗੱਲ ਇਹ ਕਹਣਾ ਕੰਜਰ ਪਹਿਲਾਂ ਹੀ ਖੁਸ਼ ਨੇ ਚਲੋ ਜੀ ਸਾਡੇ ਜੀ ਬੜੇ ਅੱਛੇ ਪ੍ਰੋਡਿਊਸਰ ਨੇ ਜੀ ਮਾਸ਼ਾਅੱਲਾ ਜੀ ਰਾਏ ਨਵਾਜ਼ ਸਾਹਿਬ ਇੱਕ ਵਾਰੀ ਤਾੜੀਆਂ ਜੀ ਉਹਨਾਂ ਵਾਸਤੇ ਕੁੱਟੀ ਵਾਂਗੂ ਅੱਜ ਮੈਨੂੰ ਸੱਜਣਾ ਉਡਾਈ ਜਾ ਉਡਾਈ ਜਾ ਉਡਾਈ ਜਾ ਲੱਭੀ ਕੁੱਟੀ ਵਾਂਗੂ ਅੱਜ ਮੈਨੂੰ ਸੱਜਣਾ ਉਡਾਈ ਜਾ ਉਡਾਈ ਜਾ ਉਡਾਈ ਜਾ ਅੱਜ ਤੇਰੇ ਹੱਥ ਡਰ ਮੇਰਾ ਲੱਗਣਾ ਨਜ਼ਾਰ ਅੱਜ ਤੁਣਕੇ ਤੇ ਤੁਣਕਾ ਲਈ ਜਾ ਤੂੰ ਭੈਣਾ ਨਚਾਈ ਜਾ ਇਹ ਬੰਦਾ ਬੜੀ ਜਾਇਦਾਦ ਦਾ ਮਾਲ ਕੀ ਕਰਨਾ ਚਾਹੁੰਦੇ ਹੋ ਜੀ ਮੈਂ ਕਿਹਾ ਓਏ ਅੱਗੋਂ ਪਾੜ ਹੀ ਲਈ ਆ ਕਿੱਥੇ ਫੇਰਦਾ ਰਿਹਾ ਓਏ ਜੱਟ ਬੰਦਿਆਂ ਦੀ ਡਾਂਗ ਓਏ ਭੈਣ ਪੇਸ਼ ਨਾ ਕਰ ਕਮੀਨੇ ਆ ਇਹ ਸਾਡਾ ਉਜ਼ਾਰ ਹੈ ਕੁਤੀਕ ਪੈ ਜਾਂਦੀ ਹੈ ਸਾਨੂੰ ਇਹ ਉਜ਼ਾਰ ਅਸੀਂ ਤਾਂ ਕੁੱਤੇ ਨੂੰ ਮਾਰੀਏ ਘਰ ਦੇ ਕੁੱਤਾ ਜਾ ਕੇ ਵੱਜੇ ਨਹੀਂ ਯਕੀਨ ਤੇ ਪਿੱਛੇ ਉਹ ਤੈਨੂੰ ਮਾਰ ਕੇ ਇਹ ਬੱਚੀ ਕਿੱਥੋਂ ਉਹ ਬਗੈਰ ਤੋਂ ਕੱਚੀ ਤੋੜ ਲਿਆਏ ਹੋਏ ਇਹ ਕੌਣ ਬੱਚੀ ਕੌਣ ਮਸਤੂਰਾ ਇਹ ਮਾਲਕ ਨੇ ਇਸ ਘਰ ਦੀ ਜਨਾਬ ਅੱਛਾ ਅੱਛਾ ਇਹ ਤੈਨੂੰ ਤਾਂ ਕਿਸੇ ਚੂਸ ਹੀ ਲਿਆ ਦੇਖ ਤਾਂ ਸਹੀ ਹੈ ਤਾਂ ਬਿਲਕੁਲ ਬੱਕਰੀ ਦੇ ਥਾਣਾ ਰਗੀ ਹੋਈ ਫਿਰਦੀ ਹੈ ਉਹ ਮਰਵਾ ਨੂੰ ਕੋ ਖਵਾਓ ਪਿਆਓ ਤਾਂ ਸਹੀ ਹੈ ਤੁਸੀਂ ਕੁਝ ਖਾਓ ਪੀਓ ਭਾਵੇਂ ਕਿਸੇ ਦਾ ਹੱਕ ਹੀ ਖਾ ਲਓ ਹੈ ਲੰਮੇ ਭੈ ਜੇ ਲੈ ਕੇ ਆਇਆ ਤਾਂ ਵਾਪਸ ਲੈ ਜਾ ਚੱਲ ਇਸ
ਸਾਨੂੰ ਨਹੀਂ ਚਾਹੀਦੀ ਮਸ਼ਵਰਾ। ਅੱਛਾ ਜੀ, ਤੁਸੀਂ ਇਸ ਘਰ ਦਾ ਮਾਲਕ ਹੋ? ਵੈਰੀ ਨਾਈਸ ਜੀ, ਬਹੁਤ ਅੱਛਾ ਤੁਹਾਡਾ ਘਰ ਹੈ ਮਾਸ਼ਾਅੱਲਾ ਮੈਨੂੰ ਲੱਗਾ ਹੈ। ਅੱਛਾ, ਤੇ ਮੈਂ ਚਾਹਨਾ ਜੀ ਸ਼ਾਦੀ ਵਾਸਤੇ, ਸ਼ਾਦੀ ਜੀ ਸ਼ਾਦੀ ਕਰਨਾ ਚਾਹੁੰਦਾ, ਤਾਂ ਤੁਹਾਡਾ ਹੈ ਪ੍ਰੋਟੋਕੋਲ ਸ਼ਾਦੀ ਦਾ? ਹਾਂਜੀ ਹਾਂਜੀ, ਇਹਦੇ ਹਾਂਜੀ ਮੈਂ ਸ਼ਾਦੀ ਕਰਨੀ ਤੇ ਹੈਗੀ ਆ। ਤੇ ਕੀ ਗੱਲ, ਕਿਉਂ ਨਹੀਂ ਕਰ ਰਹੀ, ਕੀ ਮਸਲਾ ਕੀ? ਮੈਨੂੰ ਕੋਈ ਪਸੰਦ ਨਹੀਂ ਆ ਰਿਹਾ। ਹਾਂਜੀ ਪਸੰਦ ਨਹੀਂ ਆ ਰਿਹਾ? ਓਏ ਮੈਨੂੰ ਕੋਈ ਪਸੰਦ ਨਹੀਂ ਆ ਰਿਹਾ, ਤੇਰੀ ਮੈਂ ਆਪ ਪਸੰਦ ਨਹੀਂ ਆ। ਨਹੀਂ ਘੁੰਮ ਕੇ ਬੱਚਾ ਜੰਮਣ ਵਾਲੀਏ। ਓਏ ਗੱਲ ਤਾਂ ਝੂਠ ਨਾ ਬੋਲ। ਕੀ ਹੋਆ? ਉਹਦੇ ਕੋਲ ਤਾਂ ਤੀਲਾ ਰੱਖਣ ਦੀ ਜਗ੍ਹਾ ਨਹੀਂ, ਤੂੰ ਬੱਚਾ ਕਿੱਥੋਂ ਖੇ ਗਿਆ? ਅੱਛਾ ਲੱਗਦੀ ਨਹੀਂ ਕੁੜੀ, ਲੱਗਦਾ ਸੱਪ ਇਸਤਰੀ ਕਰਕੇ ਖੜਾ ਕੀਤਾ। ਉਹ ਸੱਚੀ ਮੁੱਚੀ ਕੁੜੀ ਆ, ਤੁਸੀਂ ਸਮਝ ਰਹੇ ਹੋ, ਸਿਰਫ ਤੁਸੀਂ ਦੋਵੇਂ ਬਗੈਰਤ ਹੋ। ਹਾਂ ਹੈ ਸੋਹਣਿਆ, ਉਹ ਵੀ ਖਲੋਤੇ ਕੰਮ ਔਰਤਾਂ, ਕੰਮ ਔਰਤਾਂ ਦਾ ਤਾਂ ਨਾ ਇੱਜ਼ਤਦਾਰ ਹੈ ਜੀ, ਇਹ ਕਮੀਨਿਆ। ਓ ਯਾਰ ਮੈਂ ਤੁਹਾਡੇ ਨਾਲ ਸ਼ਾਦੀ ਕਰਾਂਗਾ। ਅੱਛਾ, ਤੁਸੀਂ ਆਪਣੀ ਕੋਈ ਖਾਹਿਸ਼ ਹੈ ਤਾਂ ਦੱਸ ਦਿਓ, ਜੋ ਲੈਣਾ ਦੇਣਾ, ਕਿਉਂਕਿ ਪਹਿਲੇ ਗੱਲ ਹੋਈ ਚੰਗੀ ਹੁੰਦੀ ਹੈ। ਠੀਕ ਹੈ ਜੀ, ਮੂੰਹ ਵਿਖਾਈ ਦੱਸੋ ਕਿੰਨੀ? 5 ਕਰੋੜ। ਹੈ 5 ਕਰੋੜ? ਉਹ ਡਰਾਮਿਆਂ 'ਚ ਲੈ ਆਉਂਦੇ, ਉਹ ਤਾਂ ਡਾਇਲੌਗ ਸਹੀ ਬੋਲਣ ਨਹੀਂ ਦੱਸਦੇ ਸਾਨੂੰ। ਉਹ 5 ਕਰੋੜ ਕਦੀ ਹੋਇਆ ਜੀ ਮੂੰਹ ਵਿਖਾਈ? ਇਹ ਮੂੰਹ ਤਾਂ 300 'ਚ ਵੀ ਬੰਦਾ ਵੇਖ ਲੈਂਦਾ। 5 ਕਰੋੜ ਕਹਿ ਪਹਿਲੇ ਅਮਾਊਂਟ ਤਾਂ ਯਾਦ ਕਰ ਲਓ, ਕਿੰਨੀ ਕਹਿਣੀ ਚਾਹੀਦੀ ਹੈ? ਥੋੜ੍ਹਾ ਕਵੋ। ਕਿਉਂ ਐਵੇਂ ਕਹਿ ਦਿੱਤਾ ਕਿ ਤੂੰ ਮੈਨੂੰ 300 ਰੁਪਈਆ ਤਾਂ ਨਾਲ ਗੁੜ ਦੀਆਂ 2 ਪੇਸੀਆਂ ਦੇ ਦੇ? ਜੋ ਸਾਹਿਵਾਲ ਚ ਰੇਟ ਚੱਲਦਾ ਉਹ ਦੱਸ। ਹਾਂਜੀ, ਰੁਪਈਆ 7000 ਬੰਦੇ ਨਾ ਹੁੰਦੇ ਨੇ, ਰੁਪਈਆ 3500 ਦੇ ਲੱਛੜਾ ਬੈਠਾ ਨਾ ਹੁੰਦਾ। ਜਿਹਦੀ ਬੈਠਕ ਹੁੰਦੀ ਆਪਣੀ ਵਾਲਾ ਕਹਿੰਦਾ ਚੱਲ ਨਿਕਲ ਮੇਰਾ ਆਪਾਂ ਆਉਣ ਵਾਲਾ। ਕੁੜੀ ਕੁੜੀ ਨੱਸ ਜਾਵੇ ਤੇ ਫਿਰ ਵਾਰੀ ਵੀ ਉਹ ਬੈਠਕ ਵਾਲੀ ਦੇ ਰਿਹਾ ਹੁੰਦਾ। ਤੇ ਸੁਣਾ ਬੈਠਕ ਕੋਲੇ ਜੀ ਕੇ ਵੇਚ ਛੱਡੀ ਜੀ ਹੁੰਦਾ ਨਾ ਅਕਸਰ ਯਾਰ। ਇਸ ਦੇ ਵਿੱਚ ਸਾਡੇ ਸਾਹਿਬ ਜੀ ਦੀ ਬੇਟੀ, ਅਸੀਂ ਬੜੀ ਇੱਜ਼ਤ ਕਰਦੇ ਹਾਂ। ਨਹੀਂ ਨਹੀਂ, ਅਸੀਂ ਵੀ ਇੱਜ਼ਤ ਕਰ ਰਹੇ ਹਾਂ ਜੀ। ਔਰਤ ਜਿਹੋ ਜਿਹੀ ਮਰਜ਼ੀ ਹੋਵੇ, ਔਰਤ ਦੀ ਇੱਜ਼ਤ ਕਰਨੀ ਚਾਹੀਦੀ, ਔਰਤ ਦੀ ਇੱਜ਼ਤ ਹੁੰਦੀ ਹੈ। ਮੈਂ 2 ਵਾਰੀ ਲੁੱਕ ਕੇ ਵੇਖੀ, ਯਕੀਨ ਕਰ, ਕਿਉਂਕਿ ਔਰਤ ਦੀ ਇੱਜ਼ਤ ਕਰੋਗੇ ਤਾਂ ਤੁਸੀਂ ਕਾਮਯਾਬ ਹੋਵੋਗੇ। ਹਰ ਮਰਦ ਦੇ ਪਿੱਛੇ ਇੱਕ ਔਰਤ ਲੱਗੀ ਹੁੰਦੀ ਜਿੰਨੇ ਉਹਦਾ ਫੱਠਾ ਪਾਉਣਾ ਹੁੰਦਾ। ਤੁਹਾਨੂੰ ਸਮਝਿਆ ਕਰੋ ਬੇਵਕੂਫੋ। ਸਿਆਣੇ ਸਿਆਣੇ, ਅੱਜ ਅਸੀਂ ਤੈਨੂੰ ਇੱਜ਼ਤ ਦੇਵਾਂਗੇ ਨਾ, ਅੱਛਾ ਕੱਲ੍ਹ ਤੂੰ ਸਾਨੂੰ ਇੱਜ਼ਤ ਦੇਵੇਂਗੀ। ਅੱਜ ਕਿਸੇ ਵੇਲੇ ਮੈਨੂੰ ਇੱਜ਼ਤ ਦੇਖਾ, ਫਿਰ ਮੈਂ ਤੈਨੂੰ ਦੇ ਯਾਰ। ਮੈਂ ਤੁਹਾਨੂੰ ਥੋੜੀ ਇੱਜ਼ਤ ਦੇ ਰਿਹਾ ਉਸਤਾਦ ਜੀ। ਲਓ ਜੀ, ਤੁਸੀਂ ਇਹਦੇ ਨਾਲ ਕੋਈ ਕੰਪਰੋਮਾਈਜ਼ ਕਰ ਲਵੋ। ਠੀਕ ਹੈ, ਇਹਨਾਂ ਨਾਲ ਸ਼ਾਦੀ ਦੇ ਵਾਅਦੇ ਕਰ ਲਵੋ ਜੀ। ਠੀਕ, ਆਓ ਤੁਹਾਨੂੰ ਖਾਣਾ ਖਿਲਾਓ ਜੀ। ਆਓ ਬੈਠੋ ਜੀ, ਬੈਠੋ। ਅੱਛਾ ਗੱਲ ਸੁਣੋ, ਹਾਂਜੀ ਇੱਕ ਸਟਾਂਡ ਮੰਗਾ ਲਓ ਬਾਈ ਜੀ। ਹੈਲੋ, ਕਾਹਦੇ ਵਾਸਤੇ? ਆ ਬਾਬੂ, ਆ ਘਰ 'ਚ ਹੋਟਲ ਪਾਈ ਫਿਰਨਾ, ਇੱਕ ਸਟਾਂਡ ਮੰਗਾ ਲਓ। ਉਹ ਕਾਹਦਾ? ਇਹਨੇ ਫੌਤ ਹੋ ਜਾਣਾ ਤੇ ਫਿਰ ਇਹ ਨਾ ਹੋਵੇ ਮਸਲਾ ਖਰਾਬ, ਕਿਉਂਕਿ ਅੱਗੇ ਉਹ ਜੋ 2 ਕੁੜੀਆਂ ਦੇ ਮੈਂ ਲੱਕ ਤੋੜਿਆ। ਅੱਛਾ ਜੀ, ਤੁਹਾਡਾ ਪਹਿਲੇ ਕੋਈ ਵਿਆਹ ਸ਼ਾਇਦ ਨਹੀਂ ਹੋਇਆ? ਨਹੀਂ। ਬਸ ਜੀ, ਮੇਰਾ ਵੀ ਨਹੀਂ ਹੋਇਆ। ਮੈਂ ਵੀ 0 ਮੀਟਰ ਹੀ ਬਹੁਤ ਰੱਖੀ, ਬਸ ਮੈਂ ਵੀ 0 ਮੀਟਰ ਹੀ ਹੈ ਜੀ। ਇਹ ਤੇਰਾ ਪਹਿਲੋਂ ਕਦੀ ਵਿਆਹ ਨਹੀਂ ਹੋਇਆ? ਨਹੀਂ ਜੀ, ਕੋਈ ਨਹੀਂ ਹੋਇਆ। ਇਹਦਾ ਮਤਲਬ ਤੈਨੂੰ ਉੱਥੇ ਨਿਸ਼ਾਨੀ ਲਾ ਦੀਏ ਕਿਤੇ ਭੁੱਲ ਨਾ ਜਾਵੇਂ। ਯਾਰ ਜੀ, ਹੋਈ ਤੁਹਾਡੇ ਕੋਲ ਬੱਚੀਆਂ ਨੇ ਨਿਸ਼ਾਨੀ ਦੀ ਲੋੜ ਹੀ ਨਹੀਂ। ਹਾਂਜੀ, ਫੌਰਨ ਨਹੀਂ ਪਤਾ ਲੱਗ ਜਾਣਾ ਕਿ ਐ ਨੂੰ ਜਾਣਾ। ਅੱਛਾ
ਅੱਛਾ ਸ਼ਾਦੀ ਤੁਹਾਡੇ ਨਾਲ ਅਸੀਂ ਕਰਨਾ ਚਾਹੁੰਦੇ ਹਾਂ। ਅੱਛਾ ਪਹਿਲੇ ਦੱਸ ਦਿਓ ਕਿ ਤੁਹਾਡਾ ਦੋਸਤ ਕੋ ਫਰੈਂਡ ਨਹੀਂ? ਕੋਈ ਨਹੀਂ, ਮੇਰੀ ਇੱਕ ਦੋਸਤ ਸੀ। ਅੱਛਾ ਮੈਂ ਸੈੱਟ ਕੀਤੀ ਸੀ ਲੇਕਿਨ ਮੈਨੂੰ ਫੈਂਟੀ ਬੜੀ ਪਈ। ਕਿਉਂ? ਕਿਉਂ? ਉਹ ਤੇ ਮੋਬਾਈਲ ਤੇ ਲੋਡ ਕਰਾਉਣ ਗਿਆ। ਅੱਛਾ ਲੋਡ ਵਾਲੇ ਦੀ ਬੈਂਡ ਸੀ। ਉਹ ਤੇ ਚਗਲਾ ਉਹ ਕਹਿੰਦਾ ਮੈਂ ਖੱਤੀ ਦਿਆ, ਲੋਡ ਵੀ ਸਾਡਾ ਬੱਚੀ ਵੀ ਸਾਡੀ। ਤੂੰ ਤੇ ਬੜਾ ਵੱਡਾ ਲਾਂਤੀ ਜਗੀਰਦਾ। ਠੀਕ ਹੈ ਤੇ ਹੁਣ ਵਿਆਹ ਆਪਣਾ ਹੋ ਜਾਏਗਾ, ਮੂੰਹ ਵਿਖਾਈ ਥੋੜੀ ਜਿਹੀ ਘਟਾਓ, 5 ਕਰੋੜ ਜ਼ਿਆਦਾ ਹੈ। ਅੱਛਾ ਚਲੋ 3 ਕਰੋੜ ਕਰ ਲੈਂਦੇ ਹਾਂ। ਹੋਰ ਘਟਾਓ ਹੋਰ। ਹਾਂ ਤੈਨੂੰ ਲੱਖ ਕਹਿਣਾ ਨਹੀਂ ਆਉਂਦਾ? ਨਹੀਂ। 1000 ਵੀ ਨਹੀਂ ਕਹਿਣਾ ਆਉਂਦਾ? ਨਹੀਂ। ਇਹਦੇ ਆਨੇ 12 ਵੀ ਨਹੀਂ ਜਾਂ 5 ਕਰੋੜ ਦੇਣਾ ਉਹਨੇ ਤੇ ਤੈਨੂੰ ਪੱਖੇ ਨਾਲ ਟੰਗੀ ਰੱਖਣਾ। ਪੈਸੇ ਜ਼ਿਆਦਾ ਨੇ ਆਪੂ 5-7 ਲੱਖ ਦੀ ਤਾਂ ਮੈਂ ਰਾਜ ਸਾਹਿਬ ਨੂੰ ਕਹਿ ਕੇ ਗੁਆਮੀ ਭਰ ਲੈਂਦਾ ਵੀ ਇੰਨੇ ਤਾਂ ਮੈਂ ਦੇ ਸਕਦਾ। 5 ਕਰੋੜ ਮੇਰੇ ਕੋਲ ਹੁੰਦਾ ਤਾਂ ਮੈਂ ਫਿਰ ਤੈਨੂੰ ਪਤਾ ਹੀ ਹੈ। ਠੀਕ ਹੈ ਅੱਛਾ ਤੇ ਬੱਚੇ ਕਿੰਨੇ ਚਾਹੀਦੇ ਨੇ ਜੇ ਤੁਹਾਡਾ ਮੇਰਾ ਗੱਲ ਸੁਣੋ? ਜਦੋਂ ਬਹਿਣ ਵਿਆਹ ਹੀ ਜਾਵੇ ਤਾਂ ਫਿਰ ਵਾਪਸ ਨਹੀਂ ਆਈਦਾ, ਨਿਕਲ ਜਾਓ 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 ਨਿਕਲੋ ਨਿਕਲੋ ਨਿਕਲੋ। ਠੀਕ ਹੈ ਬਕਵਾਸ ਕਰਨੇ ਆ ਜਾਓ, ਵੈਸੇ ਸ਼ੁਗਰ ਮਿਲਣਾ ਵੀ ਖਾਣ ਪੀਣ ਬਣਾਵਾਂ ਤੇਰੇ ਵਾਸਤੇ। ਕੀ ਪਕਾਓਗੇ? ਕੀ ਜੋ ਕਹੋਗੇ। ਹਾਏ ਮੈਂ ਤੇਰੇ ਸੁਪਰ ਭਾਈ ਨੂੰ ਵੀ ਖਵਾ ਪਿਆ ਯਾਰ, ਗਰੂ ਭੁੱਖਾ ਆਇਆ ਅਗਲਾ ਉਹਨੂੰ ਖਵਾ। ਕੀ ਖਾਣਾ ਹੁਕਮ ਕਰੋ, ਮੈਂ ਮੰਗਵਾਉਣਾ ਜੀ। ਗੈਰਤ ਖਾ ਲਵੇ। ਹਾਂ ਇਹ ਗੈਰਤ ਜੀ ਮੈਂ ਤੈਨੂੰ ਗਿਆ। ਅੱਛਾ ਮੈਨੂੰ ਗਿਆ ਜੀ। ਹਾਂਜੀ ਵਿਆਹ ਦੇ ਬਾਰੇ ਕੋਈ ਪਤਾ ਤੁਹਾਨੂੰ? ਨਹੀਂ। ਤੇ ਤੁਸੀਂ ਤੁਹਾਡਾ ਵੀ ਫਸਟ ਚਾਇਸ ਹੈ? ਹਾਂਜੀ ਫਸਟ। ਯਾਰ ਕੋ ਚਲਦੀ ਚਲਾਉਂਦੀ ਦਿਓ ਮੈਨੂੰ ਯਾਰ, ਉਹ ਹਲ ਨਵੀਂ ਹੈ ਯਾਰ, ਉਹਨੂੰ ਪਤਾ ਹੀ ਨਹੀਂ ਹੈ ਯਾਰ ਇੱਕ ਸ਼ਾਇਦ ਮਾਲਕਣੀ ਕਰਦੀ ਯਾਰ। ਅੱਛਾ ਆਪਣੀ ਜ਼ਮੀਨ ਜਾਇਦਾਦ ਕਿੰਨੀ? ਸਾਡੀ ਬਹੁਤ ਜ਼ਿਆਦਾ ਜ਼ਮੀਨ ਆ। ਕਿੰਨੀ ਜੀ? ਕਿੰਨੀ ਆ? ਬਹੁਤ ਜ਼ਿਆਦਾ। ਜਰਾ ਦੱਸੋ ਵਾ ਕਿੰਨੀ ਆ? ਬਹੁਤ ਜ਼ਿਆਦਾ। ਕਿੰਨੀ ਬਈ? ਜ਼ਮੀਨ ਹੈ ਕਿ ਚੌਲ ਨੇ? ਬਹੁਤ ਜ਼ਿਆਦਾ। ਨਹੀਂ ਨਹੀਂ ਜ਼ਮੀਨ ਪਹਿਲਾਂ ਥੋੜੀ ਸੀ। ਆਵਾਜ਼ ਨਹੀਂ ਆ ਰਹੀ, ਜੋਲੀ ਚ ਆ ਜਾ ਮੇਰੀ ਉਰਾ। ਇਹਨੇ ਤੇਰੇ ਕੰਮਾਂ ਨੇ ਤੇਰੇ ਕੰਨ ਵੀ ਬੰਦ ਕਰ ਦਿੱਤੇ ਨੇ ਤੇ ਤੇਰੇ ਕੰਨ ਵੀ। ਲਾੜੇ ਚੀਤੇ ਜਿੰਨਾ ਮਰਜ਼ੀ ਮਜ਼ਾ ਲਵੋ, ਸਵੇਰੇ ਬਿੱਲ ਦੀ ਆਖਰੀ ਤਰੀਕ ਜੀ। ਹਾਂਜੀ ਕੀ ਕਹਿ ਰਹੇ ਹੋ? ਉਹ ਤਰਨਾ ਹੀ ਤਰਨਾ ਜੀ। ਠੀਕ ਹੈ ਜੀ ਤੁਹਾਡਾ ਮੇਰਾ ਵਿਆਹ ਹੋ ਜਾਏਗਾ, ਮੈਨੂੰ ਇਹ ਜੀ ਮਨਜ਼ੂਰ ਹੈ। ਓਕੇ ਜਾਓ ਆਓ ਜੀ ਮੈਡਮ ਜੀ ਆਓ ਆਓ। ਤੁਹਾਡਾ ਗਾਣਾ ਤਾਂ ਨਹੀਂ ਹੈ ਫਿਰ ਸ਼ੁਰੂ ਹੋ ਜਾਓ ਪਤਾ ਕੀ? ਅੱਛੇ ਕੰਮਾਂ